ਨੂੰ ਮਾਰ ਦੇਵੇਗਾ। ਸਤਿਗੁਰੂ ਰਾਤ ਉਸ ਹਵੇਲੀ ਵਿੱਚ ਬੈਠੇ ਨੇ, ਰਾਤ ਨੂੰ ਇਹ ਪ੍ਰੇਤ ਆਇਆ, ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਕੋਈ ਸੇਵਾ ਹੋਵੇ ਤਾਂ ਦੱਸੋ, ਜੇ ਤੁਸੀਂ ਆਖੋ ਤਾਂ ਮੈਂ ਔਰੰਗਜ਼ੇਬ ਨੂੰ ਚੁੱਕ ਕੇ ਖਾਰੇ ਸਮੁੰਦਰ ਵਿੱਚ ਸੁੱਟ ਦੇਵਾਂ ਸਣੇ ਮਹਿਲਾਂ ਦੇ, ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਛਕਣ ਵਾਸਤੇ ਕੁਝ ਲੈ ਕੇ ਆਵਾਂ, ਜੇ ਤੁਸੀਂ ਕਹੋ ਤਾਂ ਮੈਂ ਔਰੰਗਜ਼ੇਬ ਦੀਆਂ ਫੌਜਾਂ ਨੂੰ ਨਸ਼ਟ ਕਰ ਦੇਵਾਂ। ਗੁਰੂ ਤੇਗ ਬਹਾਦਰ ਮਹਾਰਾਜ ਸੁਣ ਕੇ ਕਹਿਣ ਲੱਗੇ, ਨਹੀਂ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ, ਸਾਡਾ ਕੋਈ ਵੈਰੀ ਨਹੀਂ ਹੈ। ਇਸ ਤਰ੍ਹਾਂ ਦੇ ਜਦੋਂ ਬਚਨ ਬਲਾਸ ਕੀਤੇ, ਇਹ ਜਿਹੜਾ ਦਿਓ ਹੈ ਪ੍ਰੇਤ, ਇਹ ਕੀ ਸੋਚਦਾ, ਇਹ ਆਪਾਂ ਅੱਜ ਸਰਵਣ ਕਰਾਂਗੇ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਕੇ ਪ੍ਰੇਤ ਵਿਚਾਰਤ ਭਇਓ। ਇਹ ਜਿਹੜਾ ਪ੍ਰੇਤ ਹੈ, ਜਦੋਂ ਮਹਾਰਾਜ ਨੇ ਆਖਿਆ ਨਾ ਵੀ ਸਾਡਾ ਨਹੀਂ ਕਿਸੇ ਨਾਲ ਵੈਰ, ਅਸੀਂ ਨਹੀਂ ਕਿਸੇ ਨੂੰ ਮਾਰਨਾ ਚਾਹੁੰਦੇ, ਪਰਮਾਤਮਾ ਨੇ ਆਪੋ ਆਪਣੇ ਕਰਮ ਲਿਖੇ ਨੇ, ਜਿਵੇਂ ਦਾ ਕੋਈ ਕਰੇਗਾ ਉਵੇਂ ਦਾ ਫਲ ਭੋਗੇਗਾ। ਜਦੋਂ ਇਹ ਬਚਨ ਸੁਣੇ ਪ੍ਰੇਤ ਨੇ, ਤੇ ਸੁਣ ਕੇ ਫਿਰ ਆਪਣੇ ਮਨ ਵਿੱਚ ਸੋਚਦਾ ਹੈ, ਸ੍ਰੀ ਗੁਰਵਾਸੋ ਮਮ ਢਿੰਗ ਥੀਓ, ਸਤਿਗੁਰਾਂ ਦਾ ਵਾਸਾ ਮੇਰੀ ਹਵੇਲੀ ਵਿੱਚ ਹੋਇਆ, ਮੇਰੇ ਘਰ ਦੇ ਵਿੱਚ ਮੈਂ ਇੱਥੇ ਰਹਿੰਦਾ, ਭਾਵੇਂ ਹਵੇਲੀ ਉਜੜੀ ਹੈ ਪਰ ਮੇਰਾ ਤਾਂ ਇੱਥੇ ਨਿਵਾਸ ਹੈ ਨਾ, ਹੈ ਮੇਰੀ ਹਵੇਲੀ, ਮੇਰੇ ਘਰ ਵਿੱਚ ਮਹਾਰਾਜ ਆਏ ਹਨ, ਸੇਵਾ ਕਰੋ ਇਹਨੂੰ ਕੀ ਕੋਈ, ਮੈਂ ਕੋਈ ਨਾ ਕੋਈ ਤਾਂ ਸੇਵਾ ਕਰਾਂ, ਕੋਈ ਸੇਵਾ ਕਰਾਂ, ਭਾਵੇਂ ਮਹਾਰਾਜ ਨਹੀਂ ਚਾਹੁੰਦੇ ਔਰੰਗਜ਼ੇਬ ਨੂੰ ਮਾਰਨਾ, ਨਹੀਂ ਚਾਹੁੰਦੇ ਉਹਦੀ ਫੌਜ ਨੂੰ ਮਾਰਨਾ, ਨਹੀਂ ਚਾਹੁੰਦੇ ਕਿਸੇ ਨਾਲ ਵੈਰ ਕਮਾਉਣਾ, ਪਰ ਮੇਰਾ ਵੀ ਤਾਂ ਫਰਜ਼ ਬਣਦਾ ਹੈ ਨਾ, ਹੁਣ ਸਾਡੇ ਘਰ ਵਿੱਚ ਕੋਈ ਪ੍ਰਾਹੁਣਾ ਆ ਜਾਵੇ, ਰਿਸ਼ਤੇਦਾਰ ਆ ਜਾਵੇ, ਜੇ ਉਹ ਕਹੇ ਵੀ ਮੈਂ ਕੁਝ ਖਾਣਾ ਪੀਣਾ ਨਹੀਂ, ਤਾਂ ਫਿਰ ਵੀ ਤਾਂ ਆਪਾਂ ਉਹਨੂੰ ਖਵਾਉਂਦੇ ਹੀ ਨਾ, ਬਦੋ ਬਦੀ ਵੀ ਥੋੜ੍ਹਾ ਬਹੁਤਾ ਤਾਂ ਖਾ। ਹੁਣ ਪ੍ਰੇਤ ਸੋਚਦਾ ਪਿਆ ਵੀ ਮਹਾਰਾਜ ਮੇਰੇ ਘਰ ਵਿੱਚ ਆਏ ਨੇ, ਇਹਨਾਂ ਨੇ ਭਾਵੇਂ ਨਾ ਕਰ ਦਿੱਤੀ ਹੈ ਪਰ ਮੇਰਾ ਫਰਜ਼ ਬਣਦਾ ਵੀ ਮੈਂ ਕੋਈ ਸੇਵਾ ਕਰਾਂ। ਮੋਹਿ ਕਿਰਤਾਰਥ ਥਾ ਤਬ ਹੋਈ, ਜੇ ਮੈਂ ਸੇਵਾ ਕਰਾਂਗਾ ਤਾਂ ਹੀ ਮੈਂ ਕਿਰਤਾਰਥ ਹੋਵਾਂਗਾ ਨਾ, ਇਹੋ ਜਿਹਾ ਮਹਾਤਮਾ ਮਹਾਂਪੁਰਖ ਆਏ ਨੇ, ਇਹਨਾਂ ਦੀ ਸੇਵਾ ਕਰਾਂ ਤਾਂ ਕਿ ਸੇਵਾ ਕਰਕੇ ਮੈਂ ਸਫਲਾ ਹੋ ਜਾਵਾਂ। ਪਾਤਸ਼ਾਹ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ ਕਿ ਇਹ ਜਿਹੜੀ ਦੇਹੀ ਹੈ ਨਾ, ਇਹ ਦੇਹੀ ਮਿਲੀ ਹੈ ਸੇਵਾ ਕਰਨ ਵਾਸਤੇ, ਨਾਮ ਜਪਣ ਵਾਸਤੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਜਨਮ ਦਾ ਲਾਭ ਇਹ ਆ ਵੀ ਸੇਵਾ ਕਰ, ਸਿਮਰਨ ਕਰ। ਇਹ ਸੋਚਦਾ ਪ੍ਰੇਤ ਵੀ ਜੇ ਸੇਵਾ ਕਰਾਂ ਤੇ ਮੈਂ ਸਫਲਾ ਹੋ ਜਾਵਾਂਗਾ। ਅੰਤਰ ਧਿਆਨ ਪਏ ਤਤਕਾਲ, ਸਤਿਗੁਰੂ ਪਾਤਸ਼ਾਹ ਦੇ ਕੋਲੋਂ ਅੰਤਰ ਧਿਆਨ ਹੋ ਗਿਆ। ਅੰਤਰ ਧਿਆਨ ਤੋਂ ਭਾਵ ਹੁੰਦਾ ਵੀ ਅਲੋਪ ਹੋ ਗਿਆ, ਦਿਸਣੋਂ ਬੰਦ ਹੋ ਗਿਆ, ਤੇ ਉਸ ਵੇਲੇ ਕਿਸੇ ਪਾਸੇ ਨੂੰ ਚਲਾ ਗਿਆ ਹੈ। ਗਮਨੇ ਉਹ ਜਹਾਂ ਬਾਜ਼ਾਰ ਵਿਸਾਲਾ, ਇੱਥੇ ਬੜਾ ਵੱਡਾ ਬਾਜ਼ਾਰ ਹੈ ਨਾ ਦਿੱਲੀ ਦੇ ਵਿੱਚ, ਸਾਰੇ ਬਾਜ਼ਾਰ ਵਿੱਚ ਫਿਰਿਆ। ਹੁਣ ਮਨ ਵਿੱਚ ਸੋਚਦਾ ਵੀ ਮਹਾਰਾਜ ਵਾਸਤੇ ਕੁਝ ਖਾਣ ਨੂੰ ਲੈ ਕੇ ਜਾਵਾਂ, ਸਾਰੇ ਬਾਜ਼ਾਰ ਦੀਆਂ ਦੁਕਾਨਾਂ ਦੇ ਵਿੱਚ ਫਿਰਦਾ ਹੈ। ਖੋਜਤ ਫਿਰਤ ਵਿਚਾਰਤ ਸੋਏ, ਆਪਣੇ ਮਨ ਵਿੱਚ ਖੋਜਦਾ, ਲੱਭਦਾ ਤੇ ਸੋਚਦਾ ਕੀ ਸੋਚਦਾ ਹੈ। ਤਿਨਕੇ ਹਿਤ ਲੇਵਾ ਵਥ ਕੋਈ, ਮੈਂ ਸਤਿਗੁਰਾਂ ਦੇ ਵਾਸਤੇ ਕਿਹੜੀ ਵਸਤੂ ਲਵਾਂ, ਕਿਉਂਕਿ ਮਹਾਰਾਜ ਨੇ ਆਖਿਆ ਵੀ ਔਰੰਗਜ਼ੇਬ ਨੂੰ ਨਹੀਂ ਮਾਰਨਾ, ਉਹਦੀਆਂ ਫੌਜਾਂ ਨਾਲ ਸਾਡਾ ਕੋਈ ਵੈਰ ਨਹੀਂ, ਪਰ ਸੇਵਾ ਮੈਂ ਕਰਨੀ ਹੈ। ਹੁਣ ਬਾਜ਼ਾਰ ਦੇ ਵਿੱਚ ਤੁਰਿਆ ਫਿਰਦਾ, ਖਾਣ ਵਾਸਤੇ ਮਠਿਆਈ ਲਵਾਂ, ਖਾਣ ਵਾਸਤੇ ਭੋਜਨ ਲਵਾਂ, ਕਿਹੜੀ ਇਹੋ ਜਿਹੀ ਚੀਜ਼ ਲਵਾਂ ਜਿਹੜੀ ਮਹਾਰਾਜ ਮੇਰੇ ਹੱਥ ਦੀ ਛੱਕ ਲੈਣ। ਇਸ ਤਰ੍ਹਾਂ ਮਨ ਵਿੱਚ ਵਿਚਾਰ ਕੇ ਜੋ ਮੁਝ ਕਰਤੇ ਪੱਛਣ ਕਰੇ, ਹੁਣ ਗੱਲ ਇਹ ਹੈ ਵੀ ਮੈਂ ਚੀਜ਼ ਉਹ ਲੈ ਕੇ ਜਾਵਾਂ ਜਿਹਨੂੰ ਮੇਰਾ ਹੱਥ ਲੱਗ ਵੀ ਜਾਵੇ ਪਰ ਉਹ ਚੀਜ਼ ਭ੍ਰਸ਼ਟ ਨਾ ਹੋਵੇ। ਮੰਨ ਲਓ ਮਠਿਆਈ ਨੂੰ ਹੱਥ ਲਾਵਾਂਗਾ ਅਤੇ ਮਠਿਆਈ ਤਾਂ ਗੰਦੀ ਹੋ ਜਾਏਗੀ, ਅੰਨ ਨੂੰ ਹੱਥ ਲਾਵਾਂਗਾ ਉਹ ਖਾਣ ਦੇ ਯੋਗ ਨਹੀਂ ਰਹਿਣਾ, ਪਾਣੀ ਨੂੰ ਮੈਂ ਹੱਥ ਲਾ ਨਹੀਂ ਸਕਦਾ। ਮੈਂ ਚੀਜ਼ ਵੀ ਉਹ ਲੈ ਕੇ ਜਾਵਾਂ ਜਿਹੜੀ ਮਹਾਰਾਜ ਖਾ ਸਕਦੇ ਹੋ, ਪਰ ਚੀਜ਼ ਵੀ ਉਹ ਹੋਵੇ ਜਿਹੜੀ ਮੇਰੀ ਹੱਥ ਲਾਇਆ ਗੰਦੀ ਨਾ ਹੋਵੇ, ਭੈੜੀ ਨਾ ਹੋਵੇ। ਇਸ ਤਰ੍ਹਾਂ ਮਨ ਵਿੱਚ ਵਿਚਾਰ ਕੇ ਜਿਸ ਮੈਂ ਦੂਸ਼ਣ ਨਾ ਕੋ ਧਰੇ, ਅਤੇ ਉਹਦੇ ਵਿੱਚ ਕੋਈ ਦੂਸ਼ਣ ਨਾ ਹੋਵੇ, ਕੋਈ ਐਬ ਨਾ ਹੋਵੇ ਵੀ ਮੈਂ ਚੀਜ਼ ਲੈ ਕੇ ਜਾਵਾਂ ਅਤੇ ਮਹਾਰਾਜ ਆਖਣ ਵੀ ਆਹ ਤਾਂ ਅਸੀਂ ਛਕਣੀ ਨਹੀਂ, ਤੇਰਾ ਹੱਥ ਲੱਗ ਗਿਆ ਮਲੀਨ ਹੋ ਗਈ ਹੈ। ਚੀਜ਼ ਵਸਤੂ ਇਹੋ ਜਿਹੀ ਹੋਵੇ ਮੈਂ ਲੈ ਕੇ ਜਾਵਾਂ, ਉਸ ਚੀਜ਼ ਨੂੰ ਸਾਫ਼ ਵੀ ਕੀਤਾ ਜਾ ਸਕੇ ਔਰ ਉਸ ਚੀਜ਼ ਨੂੰ ਖਾਧਾ ਵੀ ਜਾ ਸਕੇ। ਹੁਣ ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਸਾਫ਼ ਹੋ ਸਕਦੀ ਹੈ ਔਰ ਖਾਧੀ ਜਾ ਸਕਦੀ ਹੈ। ਮਨ ਵਿੱਚ ਬੈਠਾ ਹੋਇਆ ਬਾਜ਼ਾਰ ਦੇ ਵਿੱਚ ਸੋਚਦਾ ਪਿਆ ਇਹ ਪ੍ਰੇਤ ਵੀ ਮੈਂ ਕੀ ਲੈ ਕੇ ਜਾਣਾ ਕਰਾਂ, ਕਿਉਂ ਅੰਨ ਅਨੇਕ ਪ੍ਰਕਾਰ, ਅਨੇਕ ਤਰ੍ਹਾਂ ਦਾ ਪੱਕਿਆ ਹੋਇਆ ਅੰਨ ਵੇਖਦਾ ਪਿਆ, ਕਿਤੇ ਮਠਿਆਈਆਂ ਬਣੀਆਂ ਪਈਆਂ,
ਕਿਤੇ ਕੋਈ ਹੋਰ ਤੇਲ ਵਿੱਚ ਤਲੇ ਹੋਏ ਪਦਾਰਥ ਬਣੇ ਪਏ। ਕਈ ਤਰ੍ਹਾਂ ਦੀਆਂ ਵਸਤੂਆਂ ਵੇਖੀਆਂ ਬਾਜ਼ਾਰ ਦੇ ਵਿੱਚ, ਹਲਵਾਈਆਂ ਦੇ ਕੋਲ, ਦੁਕਾਨਾਂ ਦੇ ਉੱਪਰ। ਮਨ ਵਿੱਚ ਸੋਚਦਾ ਜੇ ਇਹ ਲੈ ਕੇ ਜਾਵਾਂਗਾ ਮਹਾਰਾਜ ਨੇ ਛਕਣੀ ਨਹੀਂ, ਜੇ ਆਹ ਲੈ ਕੇ ਜਾਵਾਂਗਾ ਛਕਣੀ ਨਹੀਂ। ਕਈ ਤਰ੍ਹਾਂ ਦੇ ਭੋਜਨ ਇਸ ਨੇ ਪਰਖੇ ਵੇਖੇ ਹਨ। ਕਰਤੇ ਨਾ ਕਰੇ ਆਹਾਰ, ਮਨ ਵਿੱਚ ਸੋਚਦਾ ਹੈ ਲੈ ਤੇ ਮੈਂ ਜਾਵਾਂ, ਪਰ ਸਤਿਗੁਰਾਂ ਨੇ ਮੇਰੇ ਹੱਥ ਦਾ ਭੋਜਨ ਛਕਣਾ ਨਹੀਂ ਹੈ। ਜੇ ਮੈਂ ਕਰਾਰੇ ਭੋਜਨ ਤੇਲ ਵਿੱਚ ਤਲੇ ਲੈ ਕੇ ਜਾਵਾਂਗਾ ਮਹਾਰਾਜ ਨੇ ਉਹ ਵੀ ਨਹੀਂ ਖਾਣੇ, ਮੇਰਾ ਹੱਥ ਲੱਗ ਜਾਣਾ। ਜੇ ਮਿੱਠੇ ਵਾਲੇ ਮਠਿਆਈਆਂ ਲੈ ਕੇ ਜਾਵਾਂ ਤਾਂ ਮਹਾਰਾਜ ਨੇ ਉਹ ਵੀ ਨਹੀਂ ਖਾਣੀਆਂ। ਮੈਂ ਕਿਹੜੀ ਵਸਤੂ ਲਿਜਾਵਾਂ ਜਿਹੜੀ ਮਹਾਰਾਜ ਮੇਰੇ ਹੱਥੋਂ ਖਾ ਲੈਣਾ ਕਰਨਾ। ਨਾਲੇ ਤਾਂ ਬਣੀ ਭਰੀ ਜੋ ਮਿਠਾਈ, ਅਤੇ ਨਹੀਂ ਇਹ ਜਿਹੜੀ ਮਠਿਆਈ ਬਣੀ ਪਈ ਹੈ ਨਾ ਦੁਕਾਨਾਂ 'ਤੇ, ਜੇ ਸਤਿਗੁਰੂ ਕਿਤੇ ਛਕ ਲੈਂਦੇ ਨਾ ਮੇਰੇ ਹੱਥ ਦਾ, ਅਤੇ ਮੈਂ ਤਾਂ ਬਹੁਤ ਮਠਿਆਈਆਂ ਮਹਾਰਾਜ ਦੇ ਕੋਲ ਲੈ ਜਾਣੀਆਂ ਸਨ। ਬਿਵਧ ਭਾਂਤ ਹਟਨ ਹਲਵਾਈ, ਕਿਉਂਕਿ ਉੱਥੇ ਬੜੀਆਂ ਹੱਟੀਆਂ ਨੇ ਹਲਵਾਈਆਂ ਦੀਆਂ, ਅਤੇ ਬਹੁਤ ਜ਼ਿਆਦਾ ਪਦਾਰਥ ਉੱਥੇ ਬਣੇ ਹੋਏ ਹਨ। ਪਹੁੰਚਾਵਤ ਲੇ ਪਹੁੰਚਾਵਤ ਅਚਾ ਸੁਖਾਰੇ, ਜੇ ਸਤਿਗੁਰੂ ਕਿਤੇ ਮਠਿਆਈ ਮੇਰੇ ਹੱਥ ਦੀ ਛਕ ਲੈਂਦੇ। ਆਹ ਵੇਖੋ ਬਾਜ਼ਾਰ ਭਰੇ ਪਏ, ਕਿਧਰੇ ਕਈ ਤਰ੍ਹਾਂ ਦੀਆਂ ਮਠਿਆਈਆਂ, ਸ਼ੱਕਰ ਪਾਰੇ ਬਣੇ, ਲੱਡੂ ਬਣੇ ਹੋਏ, ਜਲੇਬ ਬਣੇ ਹੋਏ, ਕਈ ਤਰ੍ਹਾਂ ਦੀਆਂ ਮਠਿਆਈਆਂ ਬਣੀਆਂ। ਜੇ ਕਿਤੇ ਮਹਾਰਾਜ ਮੇਰੇ ਹੱਥ ਦੇ ਛਕ ਲੈਂਦੇ ਨਾ ਇਹ ਮਠਿਆਈ, ਤਾਂ ਮੈਂ ਇਹ ਸਾਰੀਆਂ ਹੀ ਲੈ ਜਾਣੀਆਂ ਸਨ ਮਹਾਰਾਜ ਦੇ ਕੋਲ। ਪਰ ਬਿਪਤਾ ਇਹ ਹੈ ਕਿ ਮੇਰੇ ਹੱਥ ਦਾ ਉਹਨਾਂ ਨੇ ਇਹ ਭੋਜਨ ਖਾਣਾ ਨਹੀਂ ਹੈ। ਨਿਜ ਪ੍ਰਸੰਨਤਾ ਉੱਪਰ ਧਾਰੇ, ਸਤਿਗੁਰੂ ਪਾਤਸ਼ਾਹ ਫਿਰ ਛਕ ਲੈਂਦੇ, ਫਿਰ ਉਹਨਾਂ ਨੇ ਮੇਰੇ 'ਤੇ ਖੁਸ਼ ਹੋ ਜਾਣਾ ਸੀ। ਅਤੇ ਜਦੋਂ ਖੁਸ਼ ਹੁੰਦੇ ਫਿਰ ਮੈਂ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਇਹ ਪ੍ਰੇਤ ਜੂਨੀ ਵਿੱਚੋਂ ਮੈਨੂੰ ਮੁਕਤ ਕਰ ਦਿਓ। ਪਰ ਮੰਗਾਂਗੇ ਤਾਂ ਹੀ ਨਾ, ਜੇ ਮਹਾਰਾਜ ਮੇਰੇ ਕੋਲੋਂ ਕੁਝ ਲੈ ਕੇ ਖਾਣਗੇ ਅਤੇ ਮੇਰੇ 'ਤੇ ਖੁਸ਼ੀ ਕਰਨਗੇ ਤਾਂ ਮੈਨੂੰ ਕੁਝ ਮਿਲਣਾ ਹੈ। ਪਰ ਵਸਤੂ ਕਿਆ ਲੈਵੋ ਐਸੇ, ਹੁਣ ਕਿਹੜੀ ਵਸਤੂ ਲਵਾਂ, ਮਠਿਆਈ ਉਹਨਾਂ ਨੇ ਖਾਣੀ ਨਹੀਂ, ਕਿਹੜੀ ਵਸਤੂ ਲੈ ਜਾਵਾਂ ਜਿਹੜੀ ਮਹਾਰਾਜ ਮੇਰੇ ਕੋਲੋਂ ਖਾ ਲੈਣਾ। ਅਚਵੇਂ ਗੁਰੂ ਚਾਹੇ ਚਿੱਤ ਜੈਸੇ, ਅਤੇ ਸਤਿਗੁਰੂ ਪਾਤਸ਼ਾਹ ਉਸ ਨੂੰ ਦਿਲੋਂ ਚਾਹੁਣ। ਹੁਣ ਵਸਤੂ ਵੀ ਉਹ ਹੋਣੀ ਚਾਹੀਦੀ ਹੈ ਜਿਹੜੀ ਮਹਾਰਾਜ ਦਾ ਖਾਣ ਨੂੰ ਜੀ ਕਰਦਾ ਹੋਵੇ, ਤਾਂ ਹੀ ਖੁਸ਼ ਹੋਣਗੇ। ਜੇ ਮਨ ਹੀ ਨਾ ਕਰਦਾ ਹੋਇਆ ਮੈਂ ਲੈ ਗਿਆ, ਮਹਾਰਾਜ ਨੇ ਚੰਗੀ ਤਰ੍ਹਾਂ ਖਾਣੀ ਨਹੀਂ, ਮੇਰੇ 'ਤੇ ਖੁਸ਼ ਹੋਣਾ ਨਹੀਂ, ਔਰ ਪ੍ਰੇਤ ਜੂਨੀ ਵਿੱਚੋਂ ਮੇਰੀ ਮੁਕਤੀ ਨਹੀਂ ਹੋਣੀ। ਵਸਤੂ ਵੀ ਉਹ ਚਾਹੀਦੀ ਹੈ ਖਾਣ ਵਾਲੀ ਕਿ ਜਿਹੜੀ ਸਤਿਗੁਰੂ ਖੁਸ਼ ਹੋ ਕੇ ਖਾਣਾ ਕਰਨਾ। ਸਕਲ ਬਾਜ਼ਾਰ ਖੋਜਵੇ ਕਰੇ, ਇਸ ਤਰ੍ਹਾਂ ਕਹਿੰਦੇ ਵੀ ਇਸ ਪ੍ਰੇਤ ਨੇ ਨਾ ਸਾਰੇ ਬਾਜ਼ਾਰ ਦੇ ਵਿੱਚ, ਬਾਜ਼ਾਰ ਨੂੰ ਇਹ ਤਾਂ ਵੇਖਦਾ ਪਰ ਬਾਜ਼ਾਰ ਵਾਲੇ ਇਹਨੂੰ ਨਹੀਂ ਵੇਖ ਪਾ ਰਿਹਾ, ਕਿਉਂਕਿ ਸਰੀਰ ਨਹੀਂ ਹੈ ਨਾ ਇਹਦੇ ਕੋਲ ਮਨੁੱਖਾਂ ਵਾਂਗ। ਸਾਰੇ ਬਾਜ਼ਾਰ ਦੇ ਵਿੱਚ ਤੁਰਿਆ ਫਿਰਦਾ, ਸਾਰੇ ਬਾਜ਼ਾਰ ਦੇ ਵਿੱਚ ਲੱਭਦਾ ਫਿਰਦਾ ਹੈ। ਇੱਕ ਦੁਕਾਨ ਆਣ ਕੇ ਥਿਰਿਓ, ਇੱਕ ਦੁਕਾਨ ਜਿਹੜੀ ਹੈ ਨਾ ਉੱਥੇ ਆ ਕੇ ਖਲੋ ਗਿਆ। ਬਾਜ਼ਾਰ ਵਿੱਚੋਂ ਵੇਖਦਾ ਆਇਆ ਕੀ ਲਵਾਂ ਕੀ ਲਵਾਂ, ਕਿਹੜੀ ਚੀਜ਼ ਲਵਾਂ। ਚੱਲਦਿਆਂ ਚੱਲਦਿਆਂ ਨੂੰ ਇੱਕ ਦੁਕਾਨ ਪਸੰਦ ਆ ਗਈ, ਕਹਿੰਦੇ ਉੱਥੇ ਆ ਕੇ ਰੁਕ ਗਿਆ ਹੈ। ਮੇਵਾ ਹੁਤੋਂ ਵਲਾਇਤ ਕੇਰਾ, ਉਸ ਦੁਕਾਨ 'ਤੇ ਨਾ ਮੇਵੇ ਸਨ, ਵਲਾਇਤ ਤੋਂ ਆਏ, ਬਾਹਰੋਂ ਕਿਸੇ ਦੇਸ਼ ਤੋਂ। ਵੱਡੀ ਦੁਕਾਨ ਹੋਵੇਗੀ ਉਸ ਬਾਣੀਏ ਦੀ, ਉਹਨੇ ਬੜੇ ਸੋਹਣੇ ਮੇਵੇ ਖਾਣ ਵਾਲੇ ਕਿਤੇ ਉਹ ਦੂਜੇ ਦੇਸ਼ ਤੋਂ ਮੰਗਾਏ, ਬੜੇ ਮੋਟੇ ਮੋਟੇ ਸੋਹਣੇ ਸੋਹਣੇ। ਪ੍ਰੇਤ ਵੇਖਦਾ ਹੈ ਵੀ ਇਹ ਮੇਵੇ ਬੜੇ ਚੰਗੇ ਲੱਗਦੇ ਪਏ, ਇਹ ਖਾਣ ਵਾਲੇ ਹਨ। ਭਾਂਤ ਭਾਂਤ ਮਾਧੁਰ ਫਲ ਹੈਰਾ, ਉੱਥੇ ਇਕੱਲੇ ਮੇਵੇ ਨਹੀਂ, ਕਈ ਤਰ੍ਹਾਂ ਦੇ ਮਿੱਠੇ ਫਲ, ਉਹਨਾਂ ਉਸ ਮੌਸਮ ਦੇ ਮੁਤਾਬਕ ਜਾਂ ਉਸ ਸਮੇਂ ਦੇ ਮੁਤਾਬਕ ਨਾ ਕਈ ਫਲ ਉਸ ਬਾਣੀਏ ਦੀ ਦੁਕਾਨ 'ਤੇ ਇਸ ਪ੍ਰੇਤ ਨੇ ਵੇਖੇ। ਜਿੱਥੇ ਮੇਵੇ ਪਏ ਨੇ ਉੱਥੇ ਕਈ ਤਰ੍ਹਾਂ ਦੇ ਫਲ ਵੀ ਖਾਣ ਵਾਲੇ ਪਏ ਹਨ। ਸੇਬ ਸੰਧੂਰੀ ਔਰ ਜ਼ਰਦਾਲੂ, ਕਹਿਣ ਲੱਗੇ ਵੀ ਇੱਥੇ ਪਏ ਹੋਏ ਨੇ ਸੇਬ ਖਾਣ ਵਾਸਤੇ। ਮਨ ਵਿੱਚ ਸੋਚਦਾ ਹੈ, ਕਦੇ ਸੋਚਦਾ ਹੈ ਕਿ ਮੈਂ ਇਹ ਜਿਹੜੇ ਮੇਵੇ ਨੇ ਉਹ ਲੈ ਲਵਾਂ, ਕਦੇ ਸੋਚਦਾ ਸੇ ਲੈ ਲਵਾਂ, ਅਤੇ ਇਸੇ ਤਰ੍ਹਾਂ ਕਦੇ ਸੋਚਦਾ ਹੈ ਮਨ ਦੇ ਵਿੱਚ ਵੀ ਇਹ ਜਿਹੜੇ ਸੰਧੂਰੀ ਰੰਗ ਦੇ ਸੇਬ ਨੇ ਨਾ ਲਾਲ, ਇਹ ਲੈ ਲਵਾਂ, ਇਹ ਬੜੇ ਖਾਣ ਵਾਸਤੇ ਚੰਗੇ ਹੋਣਗੇ, ਇਸ ਤਰ੍ਹਾਂ ਸੋਚਦਾ ਹੈ। ਨਾਸ਼ਪਾਤੀ ਪਿਸਤਾ ਔਰ ਆਲੂ, ਅਤੇ ਕਹਿਣ ਲੱਗੇ ਵੀ ਨਾਸ਼ਪਾਤੀਆਂ ਵੀ ਪਈਆਂ ਹੋਈਆਂ ਉਹਦੀ ਦੁਕਾਨ 'ਤੇ। ਕਦੇ ਪਿਸ਼ਤਿਆਂ ਵੱਲ ਵੇਖਦਾ ਵੀ ਪਿਸ਼ਤੇ ਹੀ ਲੈ ਜਾਈਏ ਮਹਾਰਾਜ ਛਕ ਲੈਣਗੇ, ਅਤੇ ਕਿਤੇ ਕਹੀਏ ਵੀ ਆਲੂ ਕਹੀਏ, ਜਿਹੜੇ ਆਲੂ ਬੁਖਾਰੇ ਨੇ ਉਹ ਪਏ ਹੋਏ ਖਾਣ ਵਾਸਤੇ। ਸੰਗਤਰੇ ਦਾਰਮ ਸ਼ੁਭ ਦਾਨ, ਜਾਂ ਆਲੂ ਜਿਹੜੇ ਨੇ ਨਾ ਆਲੂਚੇ ਨੂੰ ਵੀ ਕਿਹਾ ਜਾਂਦਾ, ਕਿਉਂਕਿ ਆਲੂ ਤੋਂ ਭਾਵ ਇਹ ਫਾਰਸੀ ਬੋਲੀ ਹੈ। ਆਲੂਚੇ ਨੂੰ ਫਾਰਸੀ ਦੇ ਵਿੱਚ ਆਲੂ ਆਖਿਆ ਜਾਂਦਾ, ਕਹਿੰਦੇ ਲੂਚਿਆਂ ਦੀ ਦੁਕਾਨ ਹੈ, ਫਲ ਦਾ ਨਾਮ ਹੈ। ਸੋਚਦਾ ਲੂਚੇ ਲੈ ਜਾਵਾਂ, ਕਦੇ ਸੋਚਦਾ ਵੀ ਇਹ ਸੰਧੂਰੀ ਰੰਗ ਦੇ ਸੇਬ ਲੈ ਜਾਵਾਂ, ਕਹਿੰਦੇ ਵੀ ਇਸ ਤਰ੍ਹਾਂ ਇਹ ਸੋਚਦਾ ਹੈ। ਸੰਗਤਰੇ ਦਾਰਮ ਸ਼ੁਭ ਦਾਨੇ, ਕਹਿਣ ਲੱਗੇ ਵੀ ਬੜੇ ਸੋਹਣੇ ਸੰਤਰੇ ਪਏ ਹੋਏ ਛਕਣ ਵਾਸਤੇ। ਸੋਚਦਾ ਮਹਾਰਾਜ ਵਾਸਤੇ ਸੰਤਰੇ ਨਾ ਲੈ ਜਾਵਾਂ, ਚਲੋ ਇਹ ਹੀ ਛਕ ਲੈਣਗੇ। ਇਸੇ ਤਰ੍ਹਾਂ ਸੋ ਦਾਰਮ ਜਿਹੜੇ ਨੇ ਅਨਾਰ ਪਏ ਹੋਏ ਲਾਲ ਰੰਗ ਦੇ ਬੜੇ ਸੋਹਣੇ, ਅਨਾਰ ਵੇਖਦਾ ਪਿਆ ਹੈ ਕਿ ਇਹ ਬੜੇ ਸੋਹਣੇ ਅਨਾਰ ਨੇ ਖਾਣ ਵਾਲੇ, ਮੋਟੇ ਮੋਟੇ ਇਹਨਾਂ ਵਿੱਚ ਬੀਜ ਨੇ, ਇਹ ਲੈ ਜਾਵਾਂ ਮਹਾਰਾਜ ਵਿੱਚੋਂ ਇਹਦੇ ਬੀਜ ਕੱਢ ਕੇ ਅਤੇ ਖਾ ਲੈਣਗੇ।
ਹੁਣ ਅਨਾਰ ਲੈ ਕੇ ਜਾਵਾਂ ਕਿ ਸੰਤਰੇ ਲੈ ਕੇ ਜਾਵਾਂ, ਮੇਵੇ ਲੈ ਕੇ ਜਾਵਾਂ ਕਿ ਸੇਬ ਲੈ ਕੇ ਜਾਵਾਂ। ਇਸ ਦੁਕਾਨ 'ਤੇ ਬੈਠਾ ਹੋਇਆ ਇਹ ਪ੍ਰੇਤ ਦੇਖਦਾ ਪਿਆ ਹੈ। ਨਾਨਾ ਭਾਂਤਨ ਕੇ ਰਸਾਂ ਨੇ, ਕਹਿਣ ਲੱਗੇ ਵੀ ਕਈ ਤਰ੍ਹਾਂ ਦੇ ਪਦਾਰਥ ਨੇ ਬੜੇ ਰਸਾਂ ਦੇ ਨਾਲ ਭਰੇ ਹੋਏ, ਸੰਤਰੇ ਵੀ ਬੜੇ ਰਸੇ ਰਸੇ, ਇਸੇ ਤਰ੍ਹਾਂ ਆਲੂ ਬੁਖਾਰੇ ਪਏ ਹੋਏ ਨੇ, ਸੇਬ ਪਏ ਹੋਏ, ਇਹ ਜਿੰਨੇ ਵੀ ਫਲ ਨੇ ਨਾ ਬੜੇ ਰਸਦਾਰ ਨੇ, ਸਵਾਦਦਾਰ ਭਰੇ ਹੋਏ ਰਸ ਦੇ। ਕਹਿੰਦੇ ਇਹੋ ਜਿਹੇ ਪਦਾਰਥ ਇਹ ਪ੍ਰੇਤ ਦੁਕਾਨ 'ਤੇ ਵੇਖਦਾ ਪਿਆ ਵੀ ਕਿਹੜੀ ਵਸਤੂ ਹੈ ਜਿਹੜੀ ਮੈਂ ਮਹਾਰਾਜ ਦੇ ਵਾਸਤੇ ਲਿਜਾਣਾ ਕਰਾਂ। ਦੇਖ ਕੇ ਪ੍ਰੇਤ ਵਿਚਾਰਾ, ਜਦੋਂ ਇਹ ਸਾਰੀਆਂ ਚੀਜ਼ਾਂ ਵੇਖੀਆਂ ਨਾ, ਹੁਣ ਸੋਚਦਾ ਵੀ ਕੀ ਕਰਾਂ, ਇਹ ਵੀ ਨਹੀਂ ਨਾ ਪਤਾ ਵੀ ਮਹਾਰਾਜ ਖਾਣਗੇ ਕਿ ਨਹੀਂ ਖਾਣਗੇ, ਸਤਿਗੁਰਾਂ ਨੇ ਅੱਗੋਂ ਕੀ ਕਹਿਣਾ ਇਹ ਵੀ ਨਹੀਂ ਪਤਾ, ਔਰ ਕਿਹੜੀ ਚੀਜ਼ ਖੁਸ਼ ਹੋ ਕੇ ਖਾਣਗੇ ਇਹ ਵੀ ਨਹੀਂ ਪਤਾ। ਉੱਥੇ ਖਲੋਤਾ ਹੋਇਆ ਆਪਣੇ ਮਨ ਵਿੱਚ ਸੋਚਦਾ ਹੈ, ਇਹਨ ਲੈ ਚਲੋ ਜੋ ਕਰੇ ਅਹਾਰਾ, ਮੈਂ ਇਹ ਨਾ ਲੈ ਜਾਵਾਂ ਮਹਾਰਾਜ ਵਾਸਤੇ, ਸਤਿਗੁਰੂ ਖਾ ਲੈਣਗੇ, ਚਲੋ ਸਾਰੇ ਫਲ ਹੀ ਲੈ ਚੱਲਦਾ, ਸਾਰੇ ਫਲਾਂ ਵਿੱਚੋਂ ਕੋਈ ਤਾਂ ਪਸੰਦ ਆਵੇਗਾ ਨਾ, ਸੇਬ ਨਹੀਂ ਤਾਂ ਸੰਤਰਾ ਖਾ ਲੈਣਗੇ, ਸੰਤਰਾ ਨਹੀਂ ਤਾਂ ਅਨਾਰ ਖਾ ਲੈਣਗੇ, ਜਾਂ ਆਲੂਚੇ ਜਿਹੜੇ ਪਏ ਇਹ ਛਕ ਲੈਣਗੇ, ਕੋਈ ਨਾ ਕੋਈ ਫਲ ਤਾਂ ਖਾਣਗੇ, ਇਹਨਾਂ ਵਿੱਚੋਂ ਕੋਈ ਫਲ ਮੈਂ ਲੈ ਚੱਲਦਾ ਹਾਂ। ਮੋਰ ਹੱਥ ਤੇ ਦੂਸ਼ਿਤ ਹੋਏ ਨਾ, ਕਿਉਂਕਿ ਮੇਰੇ ਹੱਥਾਂ ਦੇ ਨਾਲ ਇਹ ਜਿਹੜੇ ਫਲ ਨੇ ਨਾ ਇਹ ਦੂਸ਼ਿਤ ਨਹੀਂ ਹੋਣਗੇ, ਭਿੱਟੇ ਨਹੀਂ ਜਾਣਗੇ, ਕਿਉਂਕਿ ਫਲ ਤਾਂ ਧੋਤਾ ਜਾ ਸਕਦਾ ਹੈ ਨਾ, ਸੇਬ ਧੋਤਾ ਜਾ ਸਕਦਾ, ਸੰਤਰਾ, ਇਹ ਜਿੰਨੇ ਵੀ ਅਨਾਰ ਵਗੈਰਾ ਫਲ ਜੋ ਵੀ ਇਹ ਗਿਣੇ ਨੇ, ਮੇਵਾ ਵੀ ਧੋਤਾ ਜਾ ਸਕਦਾ, ਮੇਰੇ ਹੱਥ ਲੱਗਣ ਦੇ ਨਾਲ ਇਹ ਦੂਸ਼ਿਤ ਨਹੀਂ ਹੋਣਗੇ, ਭਿੱਟੇ ਨਹੀਂ ਜਾਣਗੇ। ਗੱਲ ਤਾਂ ਗੁਰਮੁਖੋ ਪ੍ਰੇਮ ਦੀ ਹੈ, ਜਿੱਥੇ ਪ੍ਰੇਮ ਆ ਜਾਂਦਾ ਨਾ ਉੱਥੇ ਬਾਕੀ ਗੱਲਾਂ ਸਾਰੀਆਂ ਪਰੇ ਹੋ ਜਾਂਦੀਆਂ। ਸੱਤਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਕ ਵਾਰੀ ਕਿਤੇ ਜਾਣ ਲੱਗੇ, ਘੋੜੇ 'ਤੇ ਬੈਠੇ ਹੋਏ, ਘੋੜੇ ਦੀ ਲਗਾਮ ਚਮੜੇ ਦੀ ਹੱਥ ਵਿੱਚ ਫੜੀ ਹੋਈ, ਇੱਕ ਮਾਤਾ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਵਾਸਤੇ ਕੁਝ ਛਕਣ ਵਾਲਾ ਭੋਜਨ ਲੈ ਆਈ। ਮਹਾਰਾਜ ਚੱਲਣ ਲੱਗੇ, ਭੱਜ ਕੇ ਅੱਗੇ ਹੋ ਗਈ, ਮਹਾਰਾਜ ਆ ਮੈਂ ਲੈ ਕੇ ਆਈ, ਆਪ ਜੀ ਥੋੜ੍ਹਾ ਜਿਹਾ ਤਾਂ ਕਿਰਪਾ ਕਰਕੇ ਛਕੋ। ਸਤਿਗੁਰੂ ਇਹਦੀ ਭਾਵਨਾ ਵੇਖ ਕੇ, ਪ੍ਰੇਮ ਵੇਖ ਕੇ ਘੋੜੇ 'ਤੇ ਚੜ੍ਹੇ ਚੜ੍ਹਾਇਆ ਨੇ, ਮਹਾਰਾਜ ਨੇ ਬੁੱਕ ਵਾਂਗੂ ਹੱਥ ਕੀਤਾ ਇਸ ਮਾਤਾ ਦੇ ਕੋਲੋਂ, ਲੈ ਕੇ ਉਹ ਪਦਾਰਥ ਛਕ ਲਿਆ। ਸਿੱਖ ਬੜੇ ਹੈਰਾਨ ਹੋਏ, ਮਹਾਰਾਜ ਸਾਨੂੰ ਤਾਂ ਆਖਦੇ ਹੋ ਬੜੀ ਸੁੱਚ ਪਵਿੱਤਰਤਾ ਰੱਖੋ, ਬੜਾ ਧਿਆਨ ਰੱਖੋ, ਆਪ ਜੀ ਘੋੜੇ 'ਤੇ ਚੜ੍ਹੇ, ਜਾਨਵਰ ਦੇ ਉੱਪਰ ਹੱਥ ਵੀ ਸਾਫ਼ ਨਹੀਂ, ਉਸੇ ਤਰ੍ਹਾਂ ਲੈ ਕੇ ਛਕ ਲਿਆ। ਮਹਾਰਾਜ ਕਹਿੰਦੇ ਤੁਸੀਂ ਇਹ ਤਾਂ ਵੇਖ ਲਿਆ ਵੀ ਅਸੀਂ ਭੋਜਨ ਛਕ ਲਿਆ, ਇਹ ਵੀ ਵੇਖ ਲਿਆ ਵੀ ਅਸੀਂ ਹੱਥ ਸਾਫ਼ ਨਹੀਂ ਕੀਤੇ, ਪਰ ਤੁਸੀਂ ਉਸ ਮਾਤਾ ਦਾ ਪ੍ਰੇਮ ਨਹੀਂ ਵੇਖਿਆ, ਉਹਦੀ ਭਾਵਨਾ ਨਹੀਂ ਵੇਖੀ ਹੈ। ਪ੍ਰੇਮ ਦੇ ਅੱਗੇ ਬਾਕੀ ਸਾਰੀਆਂ ਗੱਲਾਂ ਪਰੇ ਹੋ ਜਾਂਦੀਆਂ, ਫਿੱਕੀਆਂ ਹੋ ਜਾਂਦੀਆਂ। ਗੁਰਬਾਣੀ ਦਾ ਬਚਨ ਹੈ, ਕਹਿਣ ਲੱਗੇ ਤ੍ਰੇਤੇ ਯੁੱਗ ਦੇ ਵਿੱਚ ਇੱਕ ਭਿੱਲਣੀ ਹੈ, ਉਹ ਬੇਰ ਖਾਂਦੀ ਹੈ ਪਰ ਉਹਦੀ ਭਾਵਨਾ ਬੜੀ ਹੈ ਭਗਵਾਨ ਦੇ ਉੱਪਰ, ਯਾਦ ਕਰਦੀ ਹਰ ਵੇਲੇ ਭਗਵਾਨ ਜੀਆਂ ਨੂੰ। ਕਹਿਣ ਲੱਗੇ ਇੱਕ ਦਿਨ ਇੰਨੇ ਪ੍ਰੇਮ ਦੇ ਵਿੱਚ ਯਾਦ ਕਰਦੀ ਪਈ, ਉਹ ਭਿੱਲਣੀ ਬੇਰ ਖਾਂਦੀ ਹੈ, ਬੇਰੀ ਦੇ ਜੰਗਲ ਵਿੱਚ ਬੈਠੀ ਹੋਈ ਬੇਰ ਖਾਂਦੀ ਹੈ, ਅੱਧਾ ਕੁ ਬੇਰ ਖਾਂਦੀ ਅਤੇ ਪਿੱਛੇ ਨੂੰ ਸੁੱਟ ਦਿੰਦੀ ਹੈ, ਦੂਜਾ ਬੇਰ ਫਿਰ ਚੁੱਕਦੀ ਹੈ, ਅੱਧਾ ਕੁ ਖਾਂਦੀ ਫਿਰ ਸੁੱਟ ਦਿੰਦੀ ਹੈ, ਅਤੇ ਨਾਲ ਨਾਲ ਭਗਵਾਨ ਰਾਮ ਜੀਆਂ ਨੂੰ ਯਾਦ ਕਰਦੀ ਹੈ, ਸਿਮਰਨ ਕਰਦੀ ਉਹਨਾਂ ਦਾ। ਕਹਿਣ ਲੱਗੇ ਮਗਰਲੇ ਬੰਨੇ ਆ ਕੇ ਭਗਵਾਨ ਰਾਮ ਜੀ ਖੜ ਗਏ, ਉਹ ਭਿੱਲਣੀ ਬੇਰ ਖਾਂਦੀ ਅੱਧਾ ਪਿੱਛੇ ਨੂੰ ਸੁੱਟਦੀ, ਉਹ ਪਿੱਛੋਂ ਚੁੱਕ ਕੇ ਅੱਧਾ ਬੇਰ ਖਾ ਜਾਂਦੇ, ਦੁਬਾਰਾ ਫਿਰ ਸੁੱਟਦੀ ਹੈ ਫਿਰ ਉਹਦਾ ਬੇਰ ਖਾ ਜਾਂਦੇ। ਹੁਣ ਭਗਵਾਨ ਰਾਮ ਚੰਦਰ ਜੀ ਜਿਹੜੇ ਨੇ ਛੱਤਰੀ ਵੰਸ਼ ਦੇ ਵਿੱਚ ਨੇ, ਰਾਘਵਾਂ ਦੀ ਕੁੱਲ ਦੇ ਵਿੱਚ ਬੜੀ ਉੱਚੀ ਕੁੱਲ ਮੰਨੀ ਜਾਂਦੀ ਹੈ, ਬੜਾ ਉੱਚਾ ਖਾਨਦਾਨ, ਨਾਲੇ ਉਹਨਾਂ ਸਮਿਆਂ ਦੇ ਵਿੱਚ ਤਾਂ ਇਸ ਚੀਜ਼ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ। ਇਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਹੈ, ਇਸ ਭੇਦ ਨੂੰ ਉਹਨਾਂ ਨੇ ਖਤਮ ਕੀਤਾ, ਨਹੀਂ ਤਾਂ ਉਹਨਾਂ ਸਮਿਆਂ ਵਿੱਚ ਇਹ ਊਚ ਨੀਚ ਦਾ ਛੂਤ ਛਾਤ ਦਾ ਬੜਾ ਇਹ ਮੰਨਿਆ ਜਾਂਦਾ ਸੀਗਾ, ਪਰ ਫਿਰ ਵੀ ਉਸ ਭਿੱਲਣੀ ਅਦਮ ਦੇ ਜੂਠੇ ਬੇਰ ਭਗਵਾਨ ਰਾਮ ਜੀਆਂ ਨੇ ਉਹਦੇ ਪ੍ਰੇਮ ਦੇ ਵਿੱਚ ਬੱਝਿਆ ਹੋਇਆ ਨੇ, ਜੂਠੇ ਹੀ ਛਕ ਲਏ। ਸੋ ਭਾਵ ਇਹ ਹੈ ਜਿੱਥੇ ਪ੍ਰੇਮ ਆ ਜਾਂਦਾ ਹੈ ਉੱਥੇ ਨੇਮ ਨਹੀਂ ਰਹਿ ਜਾਂਦਾ, ਉੱਥੇ ਕਿਸੇ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਰਹਿ ਜਾਂਦੀ ਹੈ। ਭਿੱਲਣੀ ਦੇ ਜੂਠੇ ਬੇਰ ਆਪ ਖਾ ਲਏ, ਸੱਤਵੇਂ ਪਾਤਸ਼ਾਹ ਘੋੜੇ 'ਤੇ ਚੜ੍ਹਿਆ, ਉਸ ਬੀਬੀ ਦਾ ਲਿਆਂਦਾ ਹੋਇਆ ਭੋਜਨ ਛਕ ਗਿਆ। ਇਹ ਹੁਣ ਪ੍ਰੇਤ ਸੋਚਦਾ ਪਿਆ, ਮਹਾਰਾਜ ਵਾਸਤੇ ਲੈ ਕੇ ਜਾਵਾਂ, ਪਤਾ ਨਹੀਂ ਮਹਾਰਾਜ ਮੇਰੇ ਹੱਥ ਦਾ ਛਕਣਗੇ ਕਿ ਨਹੀਂ ਛਕਣਗੇ, ਪਰ ਗੱਲ ਤਾਂ ਪ੍ਰੇਮ 'ਤੇ ਆਉਂਦੀ ਹੈ, ਭਾਵਨਾ ਕਿੰਨੀ ਹੈ, ਉਹਨਾਂ ਨੇ ਭਾਵਨਾ ਨੂੰ ਵੇਖਣਾ ਹੈ। ਇਸ ਤਰ੍ਹਾਂ ਦੁਕਾਨ 'ਤੇ ਖੜ੍ਹਾ ਹੋਇਆ, ਕਈ ਤਰ੍ਹਾਂ ਦੇ ਪਦਾਰਥ ਮਹਾਰਾਜ ਦੇ ਵਾਸਤੇ ਲੈ ਕੇ ਜਾਣ ਵਾਸਤੇ, ਕਹਿਣ ਲੱਗੇ ਵੀ ਉਸ ਵੇਲੇ ਵੇਖਦਾ ਹੈ, ਇਸ ਤੋਂ ਬਿਨਾਂ ਅਪਰਵਿਧ ਕੋਈ ਨਾ। ਅਤੇ ਹੁਣ ਮਨ ਵਿੱਚ ਸੋਚਦਾ ਹੈ ਮਠਿਆਈ ਧੋਤੀ ਨਹੀਂ ਜਾਣੀ, ਮਹਾਰਾਜ ਨੇ ਖਾਣੀ ਨਹੀਂ, ਅਤੇ ਫਲਾਂ ਤੋਂ ਬਿਨਾਂ ਕੋਈ ਦੂਜੀ ਵਸਤੂ ਹੈ ਹੀ ਨਹੀਂ,
ਜਿਹੜੀ ਮੈਂ ਲਿਜਾਵਾਂ ਤਾਂ ਮਹਾਰਾਜ ਖਾ ਲੈਣ, ਇਹਦੇ ਤੋਂ ਬਿਨਾਂ ਹੋਰ ਕੋਈ ਦੂਜੀ ਵਸਤੂ ਤਾਂ ਹੋ ਹੀ ਨਹੀਂ ਸਕਦੀ ਹੈ, ਮੈਂ ਪਾਤਸ਼ਾਹ ਵਾਸਤੇ ਕੀ ਲਿਜਾਣਾ ਕਰਾਂ। ਉਚਿਤ ਆਹਾਰ ਪ੍ਰਮਾਣ ਉਚਾਵਾ, ਉਸ ਵੇਲੇ ਇਹ ਉਚਿਤ ਭੋਜਨ ਹੈ ਛਕਣ ਦੇ ਯੋਗ, ਇਹ ਪ੍ਰਮਾਣਿਕ ਹੋਵੇਗਾ, ਮਹਾਰਾਜ ਇਸ ਨੂੰ ਸਫਲਾ ਕਰ ਦੇਣਗੇ, ਛਕ ਵੀ ਲੈਣਗੇ। ਇਸ ਤਰ੍ਹਾਂ ਮਨ ਵਿੱਚ ਵਿਚਾਰ ਕੇ ਨਾਨਾ ਵਿਦ ਕੋ ਜੋ ਮਨ ਭਾਵਾ, ਨਾਨਾ ਤਰ੍ਹਾਂ ਦੇ ਕਈ ਤਰ੍ਹਾਂ ਦੀਆਂ ਵਸਤੂਆਂ ਪਈਆਂ ਹੋਈਆਂ, ਸੋਚਦਾ ਹੁਣ ਲਵਾਂ ਕਿ ਕਈ ਆਪਾਂ ਹੁਣੇ ਬਚਨ ਸੁਣਿਆ ਨਾ ਵੀ ਉੱਥੇ ਸੰਤਰੇ ਪਏ ਹੋਏ, ਆੜੂ ਵਗੈਰਾ ਪਏ ਹੋਏ, ਸੇਬ ਪਏ, ਅਨਾਰ ਪਏ, ਕਈ ਕੁਝ ਪਿਆ ਹੋਇਆ, ਕਿਹੜਾ ਭੋਜਨ ਲੈ ਕੇ ਜਾਵਾਂ ਜਿਹੜੇ ਮਹਾਰਾਜ ਛਕ ਲੈਣਾ ਕਰਨਾ। ਹੁਣ ਪਾਉਣੇ ਗੈਲੇ ਕਰ ਹੱਥ, ਕਹਿਣ ਲੱਗੇ ਵੀ ਫਿਰ ਜਦੋਂ ਵੇਖਦਾ ਪਿਆ ਨਾ ਤੇ ਸਾਹਮਣੇ ਇੱਕ ਦੁਕਾਨ ਤੇ ਜਾਂ ਸਾਹਮਣੇ ਖੇਤ ਵਿੱਚ ਨਾ ਗੰਨੇ ਦਿਖਾਈ ਦਿੱਤੇ, ਬੜੇ ਸੋਹਣੇ ਲੰਮੇ ਲੰਮੇ ਗੰਨੇ, ਪੋਨੇ ਗੰਨੇ, ਪੋਨੇ ਗੰਨੇ ਜਿਹੜੇ ਹੁੰਦੇ ਮਿੱਠੇ ਹੁੰਦੇ ਚੂਪਣ ਵਾਸਤੇ ਖਾਣ ਵਾਸਤੇ। ਮਨ ਵਿੱਚ ਸੋਚਦਾ ਹੈ ਵੀ ਆਹ ਜਿਹੜੇ ਗੰਨੇ ਨੇ ਮੈਂ ਇਹ ਨਾ ਲੈ ਜਾਵਾਂ ਮਹਾਰਾਜ ਵਾਸਤੇ, ਗੰਨਾ ਹੀ ਚੂਪ ਲੈਣਗੇ ਬੜੇ ਰਸ ਦੇ ਨਾਲ, ਬੜੇ ਆਨੰਦ ਦੇ ਨਾਲ। ਕਹਿੰਦੇ ਉਹ ਜਿਹੜੇ ਪੋਨੇ ਗੰਨੇ ਹਨ, ਆਵਤ ਭਇਓ ਬੇਗਵਟ ਸਾਧ, ਕਹਿਣ ਲੱਗੇ ਵੀ ਇਸ ਨੇ ਫਿਰ ਬਾਕੀ ਤਾਂ ਸਾਰਾ ਕੁਝ ਛੱਡ ਦਿੱਤਾ, ਕਹਿਣ ਲੱਗਾ ਵੀ ਦੁਕਾਨ ਦੀਆਂ ਮਠਿਆਈਆਂ ਛੱਡੋ ਛੱਡੋ, ਇਹ ਫਲ ਫੁਲ ਕੀ ਲੈ ਕੇ ਜਾਣੇ, ਆਪਾਂ ਤਾਜ਼ੇ ਗੰਨੇ ਜਿਹੜੇ ਖੇਤ ਵਿੱਚੋਂ ਇਹ ਲੈ ਕੇ ਚੱਲਦੇ, ਪੋਨੇ ਗੰਨੇ ਮਹਾਰਾਜ ਚੁੱਪਣਗੇ ਅਤੇ ਸਤਿਗੁਰਾਂ ਨੂੰ ਇਹਦੇ ਵਿੱਚੋਂ ਸਵਾਦ ਵੀ ਆਵੇਗਾ, ਰਸ ਵੀ ਆਵੇਗਾ, ਪੱਕਿਆ ਹੋਇਆ ਗੰਨੇ ਦਾ ਖੇਤ, ਕਹਿ ਉਹਦੇ ਵਿੱਚੋਂ ਗੰਨੇ ਲੈ ਕੇ ਬੜੀ ਛੇਤੀ ਦੇ ਨਾਲ, ਕਿਉਂਕਿ ਇਹਨੇ ਕਿਹੜਾ ਬੱਸ 'ਤੇ, ਇਹਨੇ ਕਿਹੜਾ ਸੜਕ 'ਤੇ ਚੱਲਣਾ ਜਾਂ ਰਾਹ 'ਤੇ ਚੱਲਣਾ, ਹਵਾ ਦੇ ਵਿੱਚ ਹੀ ਜਾਣਾ। ਕਹਿਣ ਲੱਗੇ ਹਵਾ ਦੇ ਵਿੱਚ ਇੱਕ ਛਿਣ ਦੇ ਵਿੱਚ ਹੀ ਲੈ ਕੇ ਗੰਨੇ ਮਹਾਰਾਜ ਦੇ ਕੋਲ ਪਹੁੰਚਾ ਹੈ। ਸ਼੍ਰੀ ਗੁਰ ਕੇ ਧਰ ਦੀਨ ਅਗਾਰੀ, ਸਤਿਗੁਰੂ ਪਾਤਸ਼ਾਹ ਬੈਠੇ ਹੋਏ ਆਪਣੇ ਆਸਣ 'ਤੇ ਬੜੇ ਆਰਾਮ ਦੇ ਨਾਲ ਸਿਮਰਨ ਵਿੱਚ ਜੁੜੇ ਹੋਏ। ਕਹਿਣ ਲੱਗੇ ਇਸ ਪ੍ਰੇਤ ਨੇ ਉਹ ਜਿਹੜੇ ਗੰਨੇ ਨੇ ਨਾ ਮਹਾਰਾਜ ਦੇ ਲਿਆ ਕੇ ਅੱਗੇ ਰੱਖ ਦਿੱਤੇ, ਜਦੋਂ ਅੱਗੇ ਲਿਆ ਕੇ ਉਹ ਗੰਨੇ ਪੋਨੇ ਰੱਖੇ ਚੂਪਣ ਵਾਸਤੇ ਖਾਣ ਵਾਸਤੇ, ਕਹਿੰਦੇ ਫਿਰ ਭਇਓ ਦੀਨ ਬਹੁ ਬਿਨੈ ਉਚਾਰੇ, ਸਤਿਗੁਰਾਂ ਦੇ ਸਾਹਮਣੇ ਫਿਰ ਹੱਥ ਜੋੜ ਲੈ, ਹੱਥ ਜੋੜ ਕੇ ਹੁਣ ਬੇਨਤੀ ਕਰਦਾ। ਇਹਦੇ ਮਨ ਵਿੱਚ ਇਹ ਹੈ ਵੀ ਜੇ ਮਹਾਰਾਜ ਨੇ ਗੰਨੇ ਵੀ ਨਾ ਅੰਗੀਕਾਰ ਕੀਤੇ, ਨਾ ਚੂਪੇ, ਨਾ ਇਹ ਗੰਨੇ ਖਾਧੇ, ਤਾਂ ਮੇਰੀ ਤਾਂ ਸੇਵਾ ਹੀ ਪ੍ਰਵਾਨ ਨਹੀਂ ਹੋਣੀ, ਮੈਂ ਤਾਂ ਇਸੇ ਜੂਨ ਵਿੱਚ ਬੈਠਾ ਰਹਾਂਗਾ, ਮੈਨੂੰ ਪ੍ਰੇਤ ਜੂਨੀ ਤੋਂ ਕਿਸੇ ਨੇ ਮੇਰਾ ਭਲਾ ਨਹੀਂ ਕਰਨਾ। ਇਹ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਜਾਵੇ, ਪਸ਼ੂ ਪ੍ਰੇਤ ਮੁਗਧ ਕੋ ਉਤਾਰੈ, ਪਾਹਣ ਪਾਰ ਉਤਾਰੇ, ਕਹੋ ਨਾਨਕ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਇਹ ਗੁਰੂ ਰਹਿਮਤ ਗੁਰੂ ਤੇਗ ਬਹਾਦਰ ਪਾਤਸ਼ਾਹ ਹੀ ਕਰ ਸਕਦੇ, ਪਰ ਰਹਿਮਤ ਤਾਂ ਆਉਣੀ ਹੈ ਜੇ ਗੰਨਾ ਮੇਰੇ ਹੱਥ ਦਾ ਅੰਗੀਕਾਰ ਕਰਨਗੇ। ਹੁਣ ਸਤਿਗੁਰਾਂ ਦੇ ਸਾਹਮਣੇ ਖਲੋਤਾ ਹੈ, ਹੱਥ ਜੋੜ ਕੇ ਬੇਨਤੀ ਕਰਦਾ ਹੈ, ਅੰਗੀਕਾਰ ਕਰੋ ਇਹ ਮੇਵਾ, ਸਤਿਗੁਰੂ ਪਾਤਸ਼ਾਹ ਜੀ ਆਹ ਮੈਂ ਪਦਾਰਥ ਲਿਆਂਦੇ ਤੁਹਾਡੇ ਵਾਸਤੇ, ਇਹ ਵੀ ਤਾਂ ਇੱਕ ਮੇਵਾ ਹੀ ਹੈ ਨਾ ਛਕਣ ਵਾਲਾ ਮਿੱਠਾ, ਇਹ ਗੰਨਾ ਲੈ ਕੇ ਆਇਆ ਮਹਾਰਾਜ, ਕਿਰਪਾ ਕਰੋ ਇਹਨੂੰ ਅੰਗੀਕਾਰ ਕਰੋ, ਇਹਨੂੰ ਆਪ ਜੀ ਛਕਣਾ ਕਰੋ ਜੀ, ਬਣੋ ਕਿਰਤਾਰਥ ਮੈਂ ਕਰ ਸੇਵਾ, ਸਤਿਗੁਰੂ ਪਾਤਸ਼ਾਹ ਜੇ ਤੁਸੀਂ ਅੰਗੀਕਾਰ ਕਰ ਲੈ ਮੇਰੀ ਸੇਵਾ ਸਫਲੀ ਹੋ ਜਾਏਗੀ, ਮੈਂ ਆਪ ਸਫਲਾ ਹੋ ਜਾਵਾਂਗਾ। ਗੁਰਮੁਖੋ ਸੇਵਾ ਗੁਰੂ ਦੀ ਬੜੀ ਵੱਡੀ ਹੈ, ਅੱਜ ਸਾਡੇ ਕੋਲ ਮਨੁੱਖਾ ਜਨਮ ਮਿਲਿਆ ਨਾ, ਸਾਨੂੰ ਪਦਾਰਥ ਮਿਲੇ ਪਰ ਸਾਨੂੰ ਸੇਵਾ ਦੀ ਸਾਰ ਨਹੀਂ ਹੈ ਵੀ ਸੇਵਾ ਕਿਵੇਂ ਹੋ ਸਕਦੀ ਹੈ, ਇਹ ਸੇਵਾ ਮਨੁੱਖਾ ਜਨਮ ਦੇ ਵਿੱਚ ਹੀ ਕਰ ਸਕਦਾ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ, ਇਹ ਹੈ ਤੇਰੀ ਬਰੀਆ ਬਾਣੀ ਦਾ ਬਚਨ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਕਿ ਜਿਹੜੀ ਸੇਵਾ ਹੈ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਸੇਵਾ ਐਡੀ ਵੱਡੀ ਹੈ ਵੀ ਇਹ ਪਰਮੇਸ਼ੁਰ ਨਾਲ ਮਿਲਾਪ ਕਰਵਾ ਦਿੰਦੀ ਹੈ, ਪਰ ਜੇ ਕੋਈ ਭਾਵਨਾ ਦੇ ਨਾਲ ਕਰੇ, ਸਾਡੇ ਕੋਲ ਅੱਜ ਸਮਾਂ ਹੀ ਨਹੀਂ ਰਿਹਾ ਅਸੀਂ ਸੇਵਾ ਕਰੀਏ, ਭਾਵੇਂ ਪਦਾਰਥ ਸਾਰੇ ਨੇ, ਇਹ ਪ੍ਰੇਤ ਵਿਚਾਰਾ ਤਰਸਦਾ ਪਿਆ ਮਨ ਦੇ ਵਿੱਚ ਵੀ ਮਹਾਰਾਜ ਕਿਵੇਂ ਨਾ ਕਿਵੇਂ ਮੈਨੂੰ ਨਾ ਕਿਤੇ ਕਰ ਦੇਣ ਵੀ ਨਹੀਂ ਅਸੀਂ ਨਹੀਂ ਤੇਰੇ ਹੱਥ ਦੇ ਗੰਨੇ ਅੰਗੀਕਾਰ ਕਰਾਂਗੇ। ਬੇਨਤੀ ਕਰਦਾ ਮਹਾਰਾਜ ਆਪ ਜੀ ਗੰਨਿਆਂ ਨੂੰ ਛਕਣਾ ਕਰੋ, ਮੇਰੀ ਸੇਵਾ ਨੂੰ ਆਪ ਜੀ ਸਫਲਾ ਕਰੋ, ਇਸ ਤਰ੍ਹਾਂ ਵਾਰ ਵਾਰ ਕਹਿੰਦਾ ਹੈ। ਜਗੇ ਪੂਰਵ ਅਬ ਮੇਰੇ, ਸਤਿਗੁਰੂ ਪਾਤਸ਼ਾਹ ਜੀਓ ਇਹ ਤਾਂ ਕੋਈ ਪਿਛਲੇ ਜਨਮਾਂ ਦਾ ਕਰਮ ਹੀ ਕੋਈ ਮੇਰੇ ਅੱਗੇ ਚੰਗਾ ਆ ਗਿਆ ਵੀ ਜੋ ਤੁਸੀਂ ਇਸ ਹਵੇਲੀ ਵਿੱਚ ਆ ਕੇ ਚਰਨ ਪਾਏ ਔਰ ਮੈਂ ਤੁਹਾਡੀ ਸੇਵਾ ਕਰ ਸਕਿਆ, ਇਹ ਤਾਂ ਪਿਛਲੇ ਜਨਮਾਂ ਦੀ ਕੋਈ ਚੰਗੀ ਕੀਤੀ ਹੋਈ ਜਿਹੜੀ ਹੈ ਮੇਰੀ ਕੋਈ ਕੀਤੀ ਹੋਈ ਘਾਲ ਸੇਵਾ, ਕੋਈ ਕੀਤਾ ਹੋਇਆ ਕਰਮ ਮੇਰੇ ਅੱਗੇ ਆਇਆ ਜੋ ਆਪ ਜੀ ਦੀ ਸੇਵਾ ਦਾ ਮੌਕਾ ਮਿਲਿਆ ਹੈ। ਹਾਂ ਇਕਾਕੀ ਤੁਮਕੋ ਹੇਰੇ, ਸਤਿਗੁਰੂ ਪਾਤਸ਼ਾਹ ਜੀ ਤੁਸੀਂ ਮੈਨੂੰ ਇਕੱਲੇ ਮਿਲ ਗਏ ਔਰ ਮੈਂ ਸੇਵਾ ਦੇ ਯੋਗ ਤਾਂ ਬਣ ਗਿਆ, ਜੇ ਤੁਹਾਡੇ ਸਿੱਖ ਨਾਲ ਤੁਹਾਡੇ ਹੁੰਦੇ ਤਾਂ ਸੇਵਾ ਤਾਂ ਤੁਹਾਡੇ ਸਿੱਖਾਂ ਨੇ ਹੀ ਸਾਰੀ ਕਰ ਲੈਣੀ, ਮੈਨੂੰ ਸੇਵਾ ਦਾ ਮੌਕਾ ਨਹੀਂ ਸੀ ਮਿਲਣਾ, ਅਵਸਰ ਮਿਲਣਾ ਨਹੀਂ ਸੀ, ਇਹ ਤਾਂ ਮੇਰੇ ਕੋਈ ਚੰਗਾ ਕਰਮ ਅੱਗੇ ਆ ਗਿਆ ਜਾਂ ਆਪਾਂ ਕਹਿ ਦਈਏ ਵੀ ਇਹ ਤੁਹਾਡੀ ਮਿਹਰ ਮੇਰੇ 'ਤੇ ਹੋ ਗਈ ਹੈ ਜੋ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਇਕੱਲਿਆਂ ਵੇਖ ਕੇ
महाराज आप जी मेरी सेवा नु अंगीकार करो। कौन तुम भए प्राहुणचारी। सतगुरु पातशाह जीओ दूजी गल ये है तुसी मेरे घर विच परौणे बन के आए, जे घर मेरा तुसी इत्थे आ के टिके हो, जे परौणे दी सेवा ना करिए उहदे विच भी बड़ा भारी पाप लगदा है। ग्रंथां दे विच लिखिआ अतिथि देवो भवा, जिहड़ा अतिथि है ना परौणा लोड़वंद आया घर दे दरवाजे ते, वह देवो भवा वह देवता है, उहदी सेवा कर, उहदी सेवा विचों असीस मिलेगी, उहदी निरादरी ना कर। ते आपां आम ही ये गल सुणदे वड्डे वडेरियां तों कि घरे आए परौणे नूं आए हुए रिश्तेदार नूं कदे माड़ा ना बोलो। सो जिन्नी सेवा हुंदी है करो, जिन्ना को मिलत वर्ताव हुंदा उन्ना को कर लै। ये भी बेनती करदा है, कहन लगा महाराज तुसी मेरे घरे परौणे बन के आए हो, मेरे घरे चरण पाए, हुण जे मैं तुहाडी सेवा ही ना कर सकिया ते फिर ते निरादरी होगी ना इस गल दे विच, इस करके कृपा करो। बस तो हो तो मैं यहाँ अगारी। सतगुरु पातशाह मैं तो इत्थे हवेली विच बड़े लंबे समय तो रहिंदा, इत्थे मेरा ही वास है, मैं नहीं इत्थे किसे नूं आउण दित्ता। जदों तो मैं मरिया हाँ, मर के प्रेत जूनी विच पिया, उस तों बाद विच तुसी हो एक इहो जिहा जिहड़े मेरे घर विच मैनू सेवा का मौका देण वास्ते आए हो, नहीं तो इस घर दे ते मैं नेड़े दी किसे नूं ना लंघण देवां। महाराज बड़े लंबे समय पिछों, कई हजारां सालां पिछों तुसी मेरे घर विच आए हो, मैनू सेवा का मौका मिलिया है। आवन आज आपको भयो। सतगुरु पातशाह जी तुहाडा आउणा होया ते तुहाडा आउणा वेख के ते मैनू सेवा का मौका मिलिया, आप जी मेरी सेवा नूं महाराज अंगीकार करो। मैं बड़ भाग जान निज लयो। सतगुरु पातशाह मैं जानदा भी मेरे वड्डे भाग ने, जो तुसी मेरे घर विच आए, नहीं तो दिल्ली विच थां थोड़ा सी, दिल्ली विच जेलां थोड़ियां सन, दिल्ली विच कैदखाने थोड़े सन कैद करन वास्ते। असल विच ये तुसी बहाना बना लिया मेरी हवेली विच आउण दा, असल विच तुसी मेरा भला करन वास्ते इत्थे आए हो, मैनू सफला करन आए, नहीं तो महाराज तुसी ते किते भी रुक सकदे सी दिल्ली विच, पर तुसी इत्थे आए हो, ये मेरे ते तुसी रहम कीता, बख्शिश कीती है, मेरा कोई चंगा कर्म अगे आ गया जो मैं सेवा दे सफल सेवा दे योग बनया हाँ। बेनती सुन के तिस्केरी। जदों ये प्रेत ने वार वार गुरमुखों बेनतियां कीतियां ना, तरला कीता, इहदा तरला जदों वेख्या ना गुरु तेग बहादुर पातशाह महाराज जीआं ने भी बड़े तरले दे नाल, क्योंकि गलती मनुख तो हो जाती है पर गलती नूं माफ़ गुरु करता है, गुरु वेख के अंडिठ कर देता है ना। बचन आप पढ़ते लिख है कत है ना छूटी है, खिण खिण भूलन हार, हमरी गणत ना गणिया काई, अपना बिरद पछाण। गुरु अपने सिख की गलतियां की गिनती नहीं करता, वो अपने बिरद की लाज रखता भी ये मेरा सिख है, जे इहदा भला ना किया तो फिर कदों होना है। हुण जे आपां गलतियां की गिनती करिए तो महाराज दे कोल आए सन भाई सत्ता ते बलवंडा गुरमुखो, उन्होंने बड़े ही बचन किए, एक नहीं किया, गुरु नानक साहब महाराज का नाँ लैके इन्होंने बड़े अप शब्द कहे जिहड़े कहे नहीं जा सकते, गुरु अंगद साहब महाराज का नाँ लैके बड़े माड़े बचन इन्होंने कहे, गुरु अमरदास पातशाह साहिब गुरु रामदास महाराज जिया का नाम लैके बड़े बड़े त्राज योग बचन, बड़े नीवे बचन, बड़े घटिया शब्द जिहड़े सन इन्होंने गुरु अर्जन साहब महाराज जिया के सामने कहे, ते सतगुरु पातशाह महाराज सुन के बचन कहन लगे तुसी फिटक गए हो, फिटकारे गए हो, तुसी फिट गए हो, तुहाडी बुद्धि भ्रष्ट हो गई है। नाल ही बचन आख्या जिहड़ा हुण इहनां नूं बख्शाएगा ना उहनूं भी सज़ा देवांगे, गधे ते बिठावांगे, उहदा मुख भी काला करवावांगे, जिहड़ा इहनां दी सिफारिश लै के भी आएगा। पर वह फिर भाई सत्ता ते बलवंडा कहन लगे भाई लद्दा जी दे कोल चले गए, भाई लद्दा परोपकारी लाहौर दे रहण वाला, उन्होंने जाके आख्या सानू बख्शा हुण महाराज दे कोलों, असी गलती एक नहीं कई गलतियां कर दित्तियां, एक नहीं कीतियां, महाराज एक माफ़ करनगे, गल बननी नहीं सारियां माफ़ करन। ते कहन लगे भाई लद्दा उस वेले कहन लगा महाराज दा वचन है गधे ते बिठावांगे मुख ते काल खलावांगे, पर मैं ये सब कुछ करन वास्ते तैयार हाँ। बचन ते आपां पढ़दे हां ना, नानक नाम चढ़दी कला तेरे भाणे सरबत दा भला, पर लंगर च प्रशादा वरतदा होवे ना उदों सानू वह भला भुल जांदा, भज के असी आप अगे होईदा वी मेरी थाली च आवे, दूजे दा भला उदों भुल गया ना सानू। पढ़दे जरूर हाँ अरदास दे विच भी सारिआं दा भला, पर जदों भले की परख आउंदी है ना उदों सानू भला भुल जांदा, उदों ते फिर असी आपो धाव ही हो जांदे। हुण ये भला मंगिया भाई लद्दा जी ने, कहन लगा जे सतगुरां ने बचन किते कोई गल नहीं, आपे ही खोता मंगाया घुम्यारां दे घरों, आपे ही खोते ते बह गया,
ਤਵੇ ਦੀ ਕਲ ਖਾਪੇ ਮੂੰਹ ਨੂੰ ਮਲ ਕੇ ਪਹਿਲਾਂ ਤਾਂ ਸਾਰੇ ਲਾਹੌਰ ਵਿੱਚ ਗੇੜਾ ਦਿੱਤਾ, ਦੁਨੀਆਂ ਨੂੰ ਸੰਗਤ ਨੂੰ ਪਤਾ ਲੱਗੇ ਜੋ ਗੁਰੂ ਨੇ ਬਚਨ ਆਖਿਆ ਮੈਂ ਆਪੇ ਹੀ ਪੂਰਾ ਕਰ ਦਿੱਤਾ। ਫਿਰ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਆ ਕੇ ਗੇੜਾ ਦਿੱਤਾ, ਗਧੇ 'ਤੇ ਬੈਠਾ ਹੋਇਆ। ਸਿੱਖਾਂ ਨੇ ਦੱਸਿਆ, ਮਹਾਰਾਜ ਨੇ ਪੁੱਛਿਆ ਬੜਾ ਰੌਲਾ ਪੈ ਰਿਹਾ, ਬੱਚੇ ਰੌਲਾ ਪਾਉਂਦੇ। ਕਹਿੰਦੇ ਜੀ ਭਾਈ ਲੱਦਾ ਆਇਆ ਗਧੇ 'ਤੇ ਚੜ੍ਹਿਆ ਹੋਇਆ, ਮੂੰਹ 'ਤੇ ਕਾਲ ਖਮਲੀ ਹੈ। ਸਤਿਗੁਰਾਂ ਨੇ ਭਾਈ ਲੱਦੇ ਨੂੰ ਬੁਲਾਇਆ, ਕਹਿਣ ਲੱਗੇ ਲੱਦਿਆ ਤੇਰਾ ਤਾਂ ਸਾਡੇ ਨਾਲ ਪਿਆਰ ਹੀ ਬੜਾ ਸੀ, ਤੂੰ ਸਾਨੂੰ ਬਿਨਾਂ ਹੀ ਇਹ ਕੰਮ ਕਰਨ ਤੋਂ ਕਹਿ ਦਿੰਦਾ ਵੀ ਮਹਾਰਾਜ ਬਖਸ਼ ਲਓ ਅਤੇ ਅਸੀਂ ਫਿਰ ਕਿਹੜਾ ਮਾਫ਼ ਨਾ ਕਰਦੇ, ਤੂੰ ਇਹ ਕੀ ਕੀਤਾ? ਕਹਿਣ ਲੱਗਾ ਮਹਾਰਾਜ ਮੈਨੂੰ ਪਤਾ ਤੁਸੀਂ ਮੇਰੀ ਬੇਨਤੀ ਨੂੰ ਮੋੜਨਾ ਨਹੀਂ ਸੀ, ਪਰ ਤੁਹਾਡਾ ਬਚਨ ਰੱਖਣਾ ਵੀ ਸਿੱਖ ਦਾ ਫਰਜ਼ ਬਣਦਾ ਹੈ, ਤੁਸੀਂ ਜੋ ਬਚਨ ਕੀਤਾ ਮੈਂ ਪਹਿਲਾਂ ਹੀ ਪੂਰਾ ਕਰ ਦਿੱਤਾ, ਬਾਅਦ ਦੀ ਲੋੜ ਹੀ ਨਾ ਪਵੇ। ਸਤਿਗੁਰਾਂ ਨੇ ਇਹ ਬਚਨ ਵੇਖ ਕੇ ਨਾ ਭਾਈ ਸੱਤੇ ਅਤੇ ਬਲਵੰਡੇ ਦੇ ਸਾਰੇ ਗੁਨਾਹ ਇੱਕੇ ਵਾਰੀ ਮਾਫ਼ ਕਰ ਦਿੱਤੇ, ਕਹਿਣ ਲੱਗੇ ਸਾਰੇ ਸ਼ਰਾਫ ਤੁਹਾਡੇ ਮਾਫ਼, ਸਾਰੇ ਦਿੱਤੇ ਹੋਏ ਬਚਨ ਜਿਹੜੇ ਸਨ ਉਹ ਅਸੀਂ ਮਾਫ਼ ਕਰ ਦਿੱਤੇ। ਕਹਿਣ ਲੱਗੇ ਮਹਾਰਾਜ ਜ਼ਬਾਨ ਦੇ ਵਿੱਚ ਵੀ ਕਿਰਮ ਚੱਲ ਗਏ ਨੇ, ਜ਼ਬਾਨ ਬੋਲਦੀ ਨਹੀਂ ਹੈ, ਕਿੱਥੇ ਇਹ ਰਾਗਾਂ ਦੇ ਮਾਹਰ ਸਨ, ਰਾਗ ਪੜ੍ਹ ਪੜ੍ਹ ਕੇ ਸੁਣਾਉਂਦੇ। ਅੱਜ ਰਾਗ ਪੜ੍ਹਨਾ ਤਾਂ ਦੂਰ ਦੀ ਗੱਲ, ਜ਼ਬਾਨ ਬੋਲਣੋਂ ਵੀ ਚਲੇ ਗਈ ਹੈ, ਜ਼ਬਾਨ ਕੰਮ ਨਹੀਂ ਕਰਦੀ ਹੈ, ਹੱਥ ਕੰਮ ਨਹੀਂ ਕਰਦੇ, ਜਿਹੜੇ ਹੱਥਾਂ ਨਾਲ ਤੰਤੀ ਸਾਜ਼ ਵਜਾਉਂਦੇ, ਕੋਟ ਦੇ ਨਾਲ ਹੱਥ ਵੀ ਚੜ ਗਏ, ਕੋਟ ਦੇ ਨਾਲ ਜ਼ਬਾਨ ਵੀ ਚਲੇ ਗਈ, ਕਿਰਮ ਪੈ ਗਏ। ਮਹਾਰਾਜ ਹੁਣ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਜ਼ਬਾਨ ਦੇ ਨਾਲ ਮਾੜਾ ਬੋਲੇ ਹੋ ਨਾ, ਇਸੇ ਜ਼ਬਾਨ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰੋ, ਗੁਰੂ ਅੰਗਦ ਸਾਹਿਬ ਦੀ। ਜਿਨ੍ਹਾਂ ਹੱਥਾਂ ਦੇ ਨਾਲ ਤੁਸੀਂ ਹੱਥ ਚੁੱਕ ਚੁੱਕ ਕੇ ਮਾੜਾ ਬੋਲੇ ਹੋ, ਇਹਨਾਂ ਹੱਥਾਂ ਨਾਲ ਗੁਰਬਾਣੀ ਲਿਖੋ, ਮਹਾਰਾਜ ਤੁਹਾਨੂੰ ਮਾਫ਼ ਕਰ ਦੇਣਗੇ। ਅਤੇ ਗੁਰਮੁਖੋ ਅੱਜ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਉਹਦੇ ਵਿੱਚ ਵਾਰ ਆਉਂਦੀ ਹੈ ਭਾਈ ਸੱਤੇ ਅਤੇ ਬਲਵੰਡੇ ਦੀ। ਉਹਨਾਂ ਨੇ ਫਿਰ ਵਾਰ ਉਚਾਰੀ, ਅਤੇ ਉਹ ਜਿਵੇਂ ਜਿਵੇਂ ਵਾਰ ਉਚਾਰਦੇ ਨੇ ਉਵੇਂ ਉਵੇਂ ਜ਼ਬਾਨ ਸਾਫ਼ ਹੁੰਦੀ ਜਾਂਦੀ ਹੈ, ਜ਼ਬਾਨ ਦੀ ਬਿਮਾਰੀ ਖਤਮ ਹੁੰਦੀ ਜਾਂਦੀ ਹੈ, ਕਿਰਮ ਕੀੜੇ ਸਭ ਖਤਮ ਹੋ ਗਏ, ਗਲਾ ਵੀ ਤੰਦਰੁਸਤ ਹੋ ਗਿਆ, ਜਿਹੜੇ ਹੱਥ ਝੜ ਗਏ ਸਨ ਕੋਟ ਦੇ ਨਾਲ ਹੱਥ ਵੀ ਸਫਲੇ ਹੋ ਗਏ, ਠੀਕ ਠਾਕ ਹੋ ਗਏ। ਸੋ ਕਹਿਣ ਤੋਂ ਭਾਵ ਇਹ ਹੈ ਵੀ ਜਦੋਂ ਗੁਰੂ ਮਾਫ਼ ਕਰਦਾ ਨਾ, ਫਿਰ ਉਹ ਗਿਣਤੀ ਨਹੀਂ ਕਰਦਾ ਵੀ ਇਹਦੇ ਇੱਕ ਗੁਣਾ ਮਾਫ਼ ਕਰਨਾ ਕਿ ਦੋ ਕਰਨਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਲੇਖੈ ਕਤਹਿ ਨਾ ਛੁਟੀਐ ਖਿਨ ਖਿਨ ਭੁੱਲਣ ਹਾਰ, ਹਰ ਜੀ ਉਹ ਲੇਖੈ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਨ ਹਾਰ। ਇਹ ਗੁਰਬਾਣੀ ਦੇ ਫਰਮਾਨ ਨੇ, ਜਦੋਂ ਗੁਰੂ ਮਾਫ਼ ਕਰਦਾ ਉਦੋਂ ਸਾਰੇ ਗੁਨਾਹ ਹੀ ਤਰੁੱਠ ਕੇ ਮਾਫ਼ ਕਰ ਦਿੰਦਾ। ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰਦਾ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ। ਜਦੋਂ ਇਹਦੀਆਂ ਬੇਨਤੀਆਂ ਸੁਣੀਆਂ ਨਾ ਮਹਾਰਾਜ ਨੇ, ਤਾਂ ਸਤਿਗੁਰਾਂ ਨੂੰ ਇਹ 'ਤੇ ਤਰਸ ਆ ਗਿਆ, ਰਹਿਮ ਆ ਗਈ ਵੀ ਇਹ ਤਰਲਾ ਕਰਦਾ, ਵਿਚਾਰਾ ਕਿਸੇ ਗਲਤੀ ਕਰਕੇ ਟੇਢੀ ਜੂਨ ਵਿੱਚ ਪੈ ਗਿਆ, ਪਰ ਗੁਰੂ ਦਾ ਕੰਮ ਹੈ ਮਾਫ਼ ਕਰ ਦੇਣਾ, ਕਿਉਂਕਿ ਗੁਰੂ ਮਾਫ਼ ਕਰਨਾ ਜਾਣਦਾ। ਇਹਦੀ ਬੇਨਤੀ ਉਸ ਵੇਲੇ ਸੁਣ ਕੇ ਕਿਰਪਾ ਦ੍ਰਿਸ਼ਟ ਸ੍ਰੀ ਸਤਿਗੁਰ ਹੇਰੀ, ਸਤਿਗੁਰੂ ਪਾਤਸ਼ਾਹ ਜੀਆਂ ਨੇ ਉਸ ਵੇਲੇ ਕਿਰਪਾ ਦੀ ਨਜ਼ਰ ਦੇ ਨਾਲ, ਮਿਹਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਤੱਕਿਆ, ਪ੍ਰੇਮ ਦੀ ਨਜ਼ਰ ਦੇ ਨਾਲ। ਹੁਣ ਸਤਿਗੁਰੂ ਤੱਕਦੇ ਤਾਂ ਸਾਰਿਆਂ ਨੂੰ ਨੇ, ਪਰ ਪ੍ਰੇਮ ਵੇਖ ਕੇ ਮਹਾਰਾਜ ਫਿਰ ਬਹੁਤੀ ਕਿਰਪਾ ਕਰਦੇ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਹੁਣ ਸਤਿਗੁਰਾਂ ਦੀ ਦ੍ਰਿਸ਼ਟੀ ਤਾਂ ਉਹੀ ਹੈ ਜਿਸ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਵੇਖਦੇ, ਪਰ ਆਪਣੇ ਭਗਤਾਂ ਦੀ ਦ੍ਰਿਸ਼ਟੀ ਪ੍ਰੇਮ ਦੀ ਨਾਲ ਵੇਖਦੇ ਨੇ ਉਹ, ਤਾਂ ਹੀ ਭਗਤਾਂ ਦੇ ਰੋਹ ਕੱਟੇ ਜਾਂਦੇ, ਦੁੱਖ ਕੱਟੇ ਜਾਂਦੇ, ਉਹ ਵੱਖਰੀ ਦ੍ਰਿਸ਼ਟੀ ਹੈ ਪ੍ਰੇਮ ਦੀ ਦ੍ਰਿਸ਼ਟੀ। ਕਿਰਪਾ ਕਟਾਖ ਅਵਲੋਕਨ ਕੀਨੋ, ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਵੇਖਣਾ, ਫਿਰ ਦਾਸਾਂ ਦੇ ਦੁੱਖ ਮਹਾਰਾਜ ਕੱਟ ਦਿੰਦੇ। ਮਹਾਰਾਜ ਭਾਵੇਂ ਵੇਖਦੇ ਤਾਂ ਪਹਿਲਾਂ ਹੀ ਪਏ ਸਨ, ਪਰ ਹੁਣ ਮਿਹਰ ਦੀ ਨਜ਼ਰ ਦੇ ਨਾਲ ਕਿਰਪਾ ਕਰਨ ਵਾਸਤੇ ਇੱਥੇ ਤਰੁੱਠ ਕੇ ਇੱਥੇ ਤਰਸ ਆ ਗਿਆ ਮਹਾਰਾਜ ਜੀਆਂ ਨੂੰ। ਮਹਾਰਾਜ ਨੇ ਇਸ ਦੇ ਵੱਲ ਕਹਿੰਦੇ ਪ੍ਰੇਮ ਦੇ ਨਾਲ ਤੱਕਿਆ ਹੈ। ਦੀਨ ਜਾਣ ਅੰਗੀਕ੍ਰਿਤ ਕੀਨ, ਸਤਿਗੁਰੂ ਪਾਤਸ਼ਾਹ ਨੇ ਦੀਨ ਜਾਣ ਕੇ ਵੀ ਇਹ ਹੁਣ ਬੇਨਤੀ ਕਰਦਾ, ਚਲੋ ਟੇਢੀ ਜੂਨ ਵਿੱਚ ਪੈ ਗਿਆ, ਅਧਮ ਜੂਨ ਵਿੱਚ ਪੈ ਗਿਆ ਤਾਂ ਵੱਖਰੀ ਗੱਲ ਹੈ, ਪਰ ਸੇਵਾ ਵੀ ਇਹਦੇ ਕੋਲੋਂ ਲੈ ਲੈਣੀ ਹੈ। ਮਹਾਰਾਜ ਕਹਿਣ ਲੱਗੇ ਠੀਕ ਹੈ, ਤੂੰ ਸੇਵਾ ਕਰਨ ਆਇਆ, ਅਸੀਂ ਤੇਰੀ ਸੇਵਾ ਨੂੰ ਅੰਗੀਕਾਰ ਕਰਦੇ, ਮੁਬਾਰਕ ਕਰਦੇ ਹਾਂ। ਮੇਵਾ ਅਚਨ ਹੇਤ ਕਰ ਲਈ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਇਹਦੇ ਜਿਹੜੇ ਮੇਵੇ ਲਿਆਉਂਦੇ ਸਨ ਨਾ ਕਟੋਰੀ ਅੱਗੇ ਰੱਖੀ ਹੋਈ, ਸਤਿਗੁਰਾਂ ਨੇ ਮੇਵੇ ਆਪਣੇ ਹੱਥਾਂ ਵਿੱਚ ਲਏ, ਕਾਹਦੇ ਵਾਸਤੇ? ਛਕਣ ਵਾਸਤੇ। ਮਹਾਰਾਜ ਨੂੰ ਭੁੱਖ ਨਹੀਂ ਹੈ ਪਦਾਰਥਾਂ ਦੀ, ਉਹ ਤਾਂ ਦੁਨੀਆਂ ਨੂੰ ਦੇਣ ਵਾਲੇ ਨੇ ਨਾ, ਪਰ ਇਹਦੀ ਸੇਵਾ ਵੇਖ ਕੇ ਮਹਾਰਾਜ ਨੇ ਮੇਵੇ ਜਿਹੜੇ ਨੇ ਆਪਣੇ ਹੱਥਾਂ ਵਿੱਚ ਲਏ ਹਨ। ਰੁਚੋ ਜਿਤਕ ਸੋਕੀਨ ਆਹਾਰ, ਜਿੰਨੀ ਕੁ ਰੁਚੀ ਸੀ, ਜਿੰਨਾ ਕੁ ਜੀ ਕਰਦਾ ਮਹਾਰਾਜ ਜੀਆਂ ਦਾ, 2, 4, 5, 10 ਮੇਵੇ ਮਹਾਰਾਜ ਨੇ ਹੌਲੀ ਹੌਲੀ ਇੱਕ ਇੱਕ ਮੇਵਾ ਕਰਕੇ ਮੂੰਹ ਵਿੱਚ ਪਾਉਂਦੇ, ਨਾਲੇ ਛਕਦੇ, ਸਵਾਦ ਆਉਂਦਾ, ਆਨੰਦ ਆਉਂਦਾ, ਨਾਲੇ ਮਹਾਰਾਜ ਇਹਦੇ ਵੱਲ ਤੱਕਦੇ, ਇਹਦੇ 'ਤੇ ਮਿਹਰ ਕਰਦੇ ਹਨ।
ਰਹਿਓ ਰਹਿਓ ਜੋ ਤਹਾਂ ਬਿਥਾਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜੇ ਬਾਕੀ ਮੇਵੇ ਬਚ ਗਏ ਨਾ, ਜਿੰਨੇ ਲੈ ਕੇ ਆਇਆ ਥੋੜ੍ਹੇ ਜਿਹੇ ਛਕੇ, ਬਾਕੀ ਮਹਾਰਾਜ ਨੇ ਸਾਰੇ ਮੇਵਿਆਂ ਦਾ ਛੱਟਾ ਦੇ ਦਿੱਤਾ, ਹਵੇਲੀ ਵਿੱਚ ਹੀ ਖਿਲਾਰ ਦਿੱਤੇ ਸਾਰੇ। ਸਤਿਗੁਰੂ ਪਾਤਸ਼ਾਹ ਨੇ ਇੱਥੇ ਕੌਤਕ ਕੀਤਾ, ਪਰ ਇਸ ਕੌਤਕ ਦਾ ਵੀ ਇੱਕ ਮਤਲਬ ਕੱਢਣਗੇ। ਕੁਝ ਮੇਵੇ ਛਕੇ, ਕੁਝ ਮੇਵੇ ਮਹਾਰਾਜ ਨੇ ਉੱਥੇ ਖਿਲਾਰ ਦਿੱਤੇ ਹਨ। ਹੁਣ ਪੂਨੇ ਕੋ ਚੂਪਣ ਲੱਗ ਗਏ, ਫਿਰ ਉਹ ਜਿਹੜੇ ਗੰਨੇ ਅੱਗੇ ਲਿਆ ਕੇ ਰੱਖੇ ਪੂਨੇ ਗੰਨੇ, ਹੱਥ ਜੋੜੇ ਮਹਾਰਾਜ, ਇਹ ਵੀ ਹੁਣ ਆਪ ਜੀ ਅੰਗੀਕਾਰ ਕਰੋ। ਸਤਿਗੁਰੂ ਪਾਤਸ਼ਾਹ ਨੇ ਫਿਰ ਉਸ ਦੀ ਬੇਨਤੀ ਨੂੰ ਸੁਣਿਆ, ਕਹਿਣ ਲੱਗੇ ਵੀ ਉਹ ਗੰਨੇ ਮਹਾਰਾਜ ਨੇ ਲਏ, ਉਹਨਾਂ ਨੂੰ ਛਿੱਲ ਛਿੱਲ ਕੇ ਆਪਣੇ ਮੂੰਹ ਦੇ ਵਿੱਚ ਰੱਖਦੇ, ਨਾਲੇ ਉਹਨਾਂ ਨੂੰ ਚਬਾਉਂਦੇ, ਉਹਨਾਂ ਦਾ ਰਸ ਲੈਂਦੇ ਹਨ। ਛੀਲਕ ਡਾਰਤ ਹੈ ਕੁਛ ਅੱਗੇ, ਜਿਹੜੀਆਂ ਛਿੱਲਾਂ ਨੇ ਜਦੋਂ ਗੰਨਾ ਚੂਪ ਲਿਆ ਜਾਂਦਾ ਨਾ ਮੂੰਹ ਦੇ ਵਿੱਚ, ਤਾਂ ਛਿੱਲਾਂ ਫੋਕ ਵੱਜ ਜਾਂਦਾ, ਛਿੱਲ ਵੱਜ ਜਾਂਦੀ ਹੈ, ਪੱਛ ਵੱਜ ਜਾਂਦੀ ਹੈ, ਉਹਨੂੰ ਮਹਾਰਾਜ ਆਪਣੇ ਮੂੰਹ ਵਿੱਚੋਂ ਕੱਢ ਕੇ ਅਤੇ ਇੱਕ ਪਾਸੇ ਨੂੰ ਸੁੱਟੀ ਜਾਂਦੇ, ਪਿੱਛੇ ਨੂੰ ਸੁੱਟੀ ਜਾਂਦੇ ਹਨ। ਵਹਿਰ ਹਵੇਲੀ ਅਤੇ ਕੁਛ ਡਰ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਕੁਝ ਛਿਲਕੇ ਅਤੇ ਆਪਣੇ ਨੇੜੇ ਸੁੱਟ ਦਿੱਤੇ, ਕੁਝ ਛਿਲਕੇ ਜਿਹੜੇ ਸਨ ਜ਼ੋਰ ਦੇ ਨਾਲ ਹਵੇਲੀ ਤੋਂ ਬਾਰ ਬਾਰ, ਕੰਧ ਤੋਂ ਬਾਰ ਬਾਰ ਵੀ ਚਲਾ ਚਲਾ ਕੇ ਸੁੱਟੇ, ਵੀ ਇਹਨਾਂ ਲੋਕਾਂ ਨੂੰ ਪਤਾ ਲੱਗ ਜਾਵੇ। ਇਹ ਸੋਚਦੇ ਸਨ ਵੀ ਪ੍ਰੇਤ ਨੇ ਇਹਨਾਂ ਨੂੰ ਮਾਰ ਦੇਣਾ, ਪਰ ਇਹਨਾਂ ਨੂੰ ਪਤਾ ਲੱਗੇ ਵੀ ਜਿਹੜਾ ਪ੍ਰੇਤ ਸਾਨੂੰ ਮਾਰਨ ਦੀ ਗੱਲ ਕਰਦਾ, ਉਹ ਤਾਂ ਸਾਨੂੰ ਲਿਆ ਕੇ ਗੰਨੇ 'ਚ ਪਾਉਂਦਾ ਪਿਆ, ਗੰਨੇ ਛਕਾਉਂਦਾ, ਮਠਿਆਈਆਂ ਮੇਵੇ ਖਿਲਾ ਰਿਹਾ। ਸਤਿਗੁਰੂ ਪਾਤਸ਼ਾਹ ਜੀ ਕੁਝ ਗੰਨੇ ਚੂਪ ਕੇ ਨੇੜੇ ਛਿਲਕਾ ਸੁੱਟਦੇ, ਕੁਝ ਛਿਲਕੇ ਜਿਹੜੇ ਨੇ ਕੰਧੋਂ ਪਾਰ ਹਵੇਲੀ ਤੋਂ ਬਾਹਰ ਸੁੱਟੀ ਜਾਂਦੇ ਹਨ। ਸਨਮੁੱਖ ਪ੍ਰੇਤ ਗੁਰਦਰਸ਼ਨੇ ਹਰ, ਇਹ ਜਿਹੜਾ ਪ੍ਰੇਤ ਹੈ ਨਾ, ਬੜੇ ਵੱਡੇ ਭਾਗਾਂ ਵਾਲਾ ਆਪਾਂ ਹੁਣ ਇਹਨੂੰ ਕਹਿ ਸਕਦੇ, ਭਾਵੇਂ ਕਿ ਪਹਿਲਾਂ ਕੋਈ ਮਾੜਾ ਕਰਮ ਬਣਿਆ ਅਤੇ ਪ੍ਰੇਤ ਬਣ ਗਿਆ, ਪਰ ਇਸ ਵੇਲੇ ਚੰਗਾ ਕਰਮ ਹੈ, ਸਤਿਗੁਰਾਂ ਦੇ ਸਾਹਮਣੇ ਬੈਠਾ, ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਮਹਾਰਾਜ ਦਾ ਅਤੇ ਗੁਰਮੁਖੋ ਨਾਮ ਹੀ ਐਡਾ ਵੱਡਾ ਹੈ। ਧੰਨ ਦਸਵੇਂ ਪਾਤਸ਼ਾਹ ਮਹਾਰਾਜ ਨੇ ਲਿਖਿਆ, ਆਪ ਆਪਣੇ ਹੱਥਾਂ ਦੇ ਨਾਲ ਤੇਗ ਬਹਾਦਰ ਸਿਮਰਿਆ, ਘਰ ਨੌ ਨਿੱਧ ਆਵੈ ਤਾਹੇ ਸਭ ਥਾਈਂ ਹੋਏ ਸਹਾਇ। ਇਹ ਬਚਨ ਹੈ ਨਾ ਵੀ ਜੇ ਤੁਸੀਂ ਉਹਨਾਂ ਦੇ ਨਾਮ ਦਾ ਸਿਮਰਨ ਕਰਦੇ ਹੋ, ਉਹਨਾਂ ਨੂੰ ਯਾਦ ਕਰਦੇ ਹੋ, ਤਾਂ ਇਹ ਦਾਤਾਂ ਮਿਲਦੀਆਂ। ਪਰ ਜਿਹਦੇ ਸਾਹਮਣੇ ਮਹਾਰਾਜ ਬੈਠੇ ਉਹਨੂੰ ਹੁਣ ਕੀ ਦਾਤਾਂ ਮਿਲਣਗੀਆਂ, ਇਹ ਗੱਲ ਪਰੇ ਦੀ ਹੈ। ਮਹਾਰਾਜ ਦੇ ਸਾਹਮਣੇ ਬੈਠਾ ਹੋਇਆ ਪ੍ਰੇਤ ਹੱਥ ਜੋੜ ਕੇ ਨਵੇਂ ਗੁਰੂ ਦੇ ਦਰਸ਼ਨ ਕਰਦਾ ਹੈ। ਅਧਿਕ ਪ੍ਰਸੰਨ ਹੋਤ ਮਨ ਮਾਹੂ, ਮਨ ਵਿੱਚ ਬੜਾ ਖੁਸ਼ ਹੁੰਦਾ ਪਿਆ, ਕਹਿਣ ਲੱਗਾ ਮੈਂ ਸੋਚਦਾ ਸੀ ਵੀ ਮਹਾਰਾਜ ਨੇ ਮੇਰੇ ਹੱਥ ਦਾ ਭੋਜਨ ਛਕਣਾ ਨਹੀਂ, ਮੈਂ ਸੋਚਦਾ ਸੀ ਮੈਂ ਸਫਲਾ ਨਹੀਂ ਹੋਣਾ, ਪਰ ਅੱਜ ਮਹਾਰਾਜ ਨੇ ਮੇਰੇ ਹੱਥ ਦਾ ਭੋਜਨ ਛਕ ਲਿਆ, ਮੈਂ ਸਫਲਾ ਹੋ ਗਿਆ, ਮੈਨੂੰ ਇੰਨੀ ਸੇਵਾ ਬੜੀ ਹੈ, ਮੈਨੂੰ ਇਸੇ ਸੇਵਾ ਨਹੀਂ ਪਾਰ ਕਰ ਦੇਣਾ, ਮਨ ਵਿੱਚ ਬੜਾ ਪ੍ਰਸੰਨ ਹੁੰਦਾ ਹੈ। ਚਿਤਵਤ ਹਿਰਦੈ ਦੁੱਖ ਅਵਦਾਹੂ, ਹੁਣ ਮਨ ਵਿੱਚ ਸੋਚਦਾ ਵੀ ਹੈ, ਕਿਉਂਕਿ ਅਸੀਂ ਕੋਈ ਵੀ ਕਰਮ ਕਰਦੇ ਹਾਂ ਨਾ, ਕਰਮ ਕਰਨ ਦਾ ਅਸੀਂ ਫਲ ਵੀ ਨਾਲ ਹੀ ਸੋਚਦੇ ਵੀ ਮੈਨੂੰ ਫਲ ਕੀ ਮਿਲੇਗਾ। ਇਹ ਪ੍ਰੇਤ ਦਾ ਹੁਣ ਕਰਮ ਜਿਹੜਾ, ਇਹ ਤਾਂ ਹੋ ਗਿਆ ਵੀ ਇਸ ਨੇ ਗੰਨੇ ਛਕਾ ਦਿੱਤੇ, ਮੇਵੇ ਛਕਾ ਦਿੱਤੇ ਮਹਾਰਾਜ ਨੂੰ, ਹੁਣ ਮਨ ਵਿੱਚ ਮਨੋਰਥ ਵੀ ਰੱਖ ਲਿਆ, ਕਹਿਣ ਲੱਗਾ ਵੀ ਹੁਣ ਮਹਾਰਾਜ ਖੁਸ਼ ਹੋਏ ਨੇ, ਇਹ ਹੁਣ ਮੈਨੂੰ ਮਾਫ਼ ਕਰ ਦੇਣਗੇ, ਇਸ ਜੂਨੀ ਵਿੱਚੋਂ ਮੈਨੂੰ ਛੁਡਾ ਦੇਣਗੇ, ਇਹ ਇਹਨਾਂ ਨੇ ਮੇਰੇ 'ਤੇ ਬਖਸ਼ਿਸ਼ ਕਰ ਦੇਣੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੀ ਕਈਆਂ ਨੂੰ ਟੇਢੀਆਂ ਜੂਨਾਂ ਤੋਂ ਮਹਾਰਾਜ ਨੇ ਭਲਾ ਕੀਤਾ ਨਾ, ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਦਾ ਨੌਵਾਂ ਰੂਪ ਹੀ ਨੇ, ਇਹ ਵੀ ਮੇਰੇ 'ਤੇ ਕਿਰਪਾ ਕਰਨਗੇ, ਮੈਨੂੰ ਇਹਨਾਂ ਨੇ ਹੁਣ ਜੂਨੀ ਵਿੱਚੋਂ ਛੁਡਾਉਣਾ ਹੈ। ਸ੍ਰੀ ਗੁਰੂ ਤੇਗ ਬਹਾਦਰ, ਫਿਰ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਜਦੋਂ ਇਹਨੂੰ ਵੇਖਿਆ ਨਾ ਵੀ ਇਹ ਬੜੀ ਭਾਵਨਾ ਨਾਲ ਸਾਹਮਣੇ ਬੈਠਾ, ਹੁਣ ਮਹਾਰਾਜ ਉਸ ਵੇਲੇ ਬੋਲੇ, ਕਹਿਣ ਲੱਗੇ ਉਹ ਪ੍ਰੇਤ ਸਾਡੇ ਬਚਨ ਸੁਣ ਧਿਆਨ ਦੇ ਨਾਲ, ਅਤੇ ਉਸ ਵੇਲੇ ਮਹਾਰਾਜ ਕਹਿੰਦੇ ਹਨ, ਬੋਲੇ ਕਿਰਪਾ ਦ੍ਰਿਸ਼ਟ ਕੋ ਹੈ, ਸਤਿਗੁਰੂ ਪਾਤਸ਼ਾਹ ਇਹਨੂੰ ਮਿਹਰ ਦੀ ਨਜ਼ਰ ਦੇ ਨਾਲ ਤੱਕਦੇ ਪਏ, ਇਸ ਪ੍ਰੇਤ ਨੂੰ ਦਿਓ ਨੂੰ ਦੈਂਤ ਨੂੰ ਇਹਦੇ ਵੱਲ ਵੇਖ ਕੇ ਮਹਾਰਾਜ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਇੱਕ ਸਾਡਾ ਸਵਾਲ ਹੈ, ਇੱਕ ਸਾਡਾ ਬਚਨ ਹੈ, ਧਿਆਨ ਦੇ ਨਾਲ ਸੁਣ ਅਤੇ ਫਿਰ ਉਸ ਬਚਨ ਦਾ ਸਾਨੂੰ ਜਵਾਬ ਦੇ। ਮਹਾਰਾਜ ਕਹਿਣ ਲੱਗੇ, ਕੋ ਕੁਕਰਮ ਤੈਂ ਤਬਹਿ ਕਮਾਵ, ਮਹਾਰਾਜ ਕਹਿਣ ਲੱਗੇ ਵੀ ਪਰਮਾਤਮਾ ਕਿਸੇ ਨਾਲ ਮਾੜਾ ਨਹੀਂ ਕਰਦਾ, ਜੇ ਤੂੰ ਇਹ ਗੱਲ ਕਵੇਂ ਨਾ ਵੀ ਤੈਨੂੰ ਪ੍ਰੇਤ ਦੀ ਦੇਹੀ ਮਿਲ ਗਈ ਹੈ, ਤੇਰੇ ਨਾਲ ਤਾਂ ਬੜਾ ਮਾੜਾ ਹੋ ਗਿਆ, ਪਰਮਾਤਮਾ ਬੇਇਨਸਾਫੀ ਨਹੀਂ ਕਿਸੇ ਨਾਲ ਕਰਦਾ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਗੁਰਬਾਣੀ ਦਾ ਫਰਮਾਨ ਹੈ ਇੱਕ ਤਿਲ ਜਿੰਨੀ ਸੇਵਾ ਪਰਮਾਤਮਾ ਦੇ ਦਰ ਤੋਂ ਪਰੇ ਨਹੀਂ ਹੁੰਦੀ ਹੈ, ਜੇ ਤੂੰ ਚੰਗੇ ਕੰਮ ਦੀ ਵੀ ਸੇਵਾ ਕੀਤੀ ਥੋੜ੍ਹੀ ਕੀਤੀ ਹੈ ਨਾ, ਉਹਦਾ ਫਲ ਤੈਨੂੰ ਜ਼ਰੂਰ ਮਿਲਣਾ। ਦੂਜੀ ਗੱਲ ਇਹ ਹੈ ਜੇ ਮਾੜਾ ਕਰਮ ਕੀਤਾ ਨਾ ਭਾਵੇਂ ਥੋੜ੍ਹਾ ਹੀ ਕੀਤਾ, ਅਤੇ ਪ੍ਰਸ਼ਾਦ ਅਤੇ ਭਾਈ ਪਿਆਰਿਆ ਉਹਦਾ ਵੀ ਮਿਲਣਾ, ਇਹ ਨਾ ਤੂੰ ਆਖੀ ਵੀ ਚੰਗੇ ਕੰਮ ਦਾ ਫਲ ਮੈਨੂੰ ਮਿਲਿਆ ਨਹੀਂ ਮਾੜੇ ਦਾ ਮਿਲ ਗਿਆ, ਨਹੀਂ, ਰੱਬ ਦੀ ਦਰਗਾਹ ਇੱਕ ਇਹੋ ਜਿਹੀ ਹੈ ਚੰਗੇ ਕੰਮ ਦਾ ਵੀ ਲੇਖਾ ਮਿਲੇਗਾ, ਫਲ ਮਿਲੇਗਾ, ਮਾੜੇ ਦਾ ਵੀ ਮਿਲੇਗਾ। ਸਤਿਗੁਰੂ ਕਹਿਣ ਲੱਗੇ ਪਰਮਾਤਮਾ ਇਹ ਤਾਂ ਨਹੀਂ ਵੀ ਤੈਨੂੰ ਪ੍ਰੇਤ ਬਣਾਇਆ ਅਤੇ ਤੇਰੀ ਕੋਈ ਗਲਤੀ ਨਹੀਂ ਹੋਵੇਗੀ, ਅਸਕਰ ਤੂੰ ਕੁਝ ਨਾ ਕੁਝ ਤਾਂ ਕੀਤਾ ਹੀ ਹੋਵੇਗਾ ਨਾ,
ਹੁਣ ਮਹਾਰਾਜ ਜਾਣਦੇ ਤਾਂ ਸਾਰਾ ਕੁਝ ਨੇ ਪਰ ਇਹਦੇ ਮੂੰਹੋਂ ਸੁਣਨਾ ਚਾਹੁੰਦੇ ਤਾਂ ਕਿ ਪਤਾ ਲੱਗ ਸਕੇ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਦੱਸ, ਇਹ ਪ੍ਰੇਤ ਦੀ ਜੂਨੀ ਮਿਲੀ ਹੈ, ਭੂਤ ਬਣਿਆ, ਹਵੇਲੀ ਵਿੱਚ ਬੈਠਾ ਹੋਇਆ, ਪਰ ਤੂੰ ਇਹੋ ਜਿਹਾ ਕੰਮ ਕੀ ਕੀਤਾ ਜਿਹਦੇ ਕਰਕੇ ਤੈਨੂੰ ਇਹ ਦੇਹੀ ਮਿਲ ਗਈ ਹੈ, ਇਹ ਤੈਨੂੰ ਜੂਨ ਮਿਲ ਗਈ ਹੈ। ਇਹ ਜਿਹੜੀ ਪ੍ਰੇਤ ਹੈ ਨਾ, ਇਹ ਵੀ ਇੱਕ ਜੂਨੀ ਹੈ, 84 ਲੱਖ ਜੂਨਾਂ ਦੇ ਵਿੱਚੋਂ ਇੱਕ ਇਹ ਵੀ ਰੱਬ ਨੇ ਜੂਨ ਬਣਾਈ ਹੈ। ਸੋ ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਇਹ ਗੁਰਬਾਣੀ ਦਾ ਬਚਨ ਹੈ, ਇੱਕ ਨਹੀਂ ਕਰੋੜਾਂ ਹੀ ਨੇ। ਇਹ ਮਤਾਂ ਕੋ ਆਖੇ ਵੀ ਐਵੇਂ ਖਿਆਲ ਹੀ ਨੇ, ਐਵੇਂ ਗੱਲਾਂ ਹੀ ਬਣਾਈਆਂ, ਕਲਪਨਾ ਬਣਾਈ ਹੈ, ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਈ ਕੋਟ, ਕਈ ਕਰੋੜਾਂ ਨੇ। ਕਿਸੇ ਸਿੱਖ ਨੇ ਆ ਕੇ ਦਸਵੇਂ ਪਾਤਸ਼ਾਹ ਨੂੰ ਪੁੱਛਿਆ, ਕਹਿੰਦਾ ਮਹਾਰਾਜ ਕੀ ਭੂਤ ਪ੍ਰੇਤ ਹੁੰਦੇ ਨੇ? ਅੱਜ ਸਾਡੇ ਵਿੱਚ ਵੀ ਕਈ ਬੜੇ ਬੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਬੜੇ ਤਜਰਬੇਕਾਰ ਹਾਂ, ਅਸੀਂ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ। ਉਦੋਂ ਵੀ ਕੋਈ ਇਹੋ ਜਿਹਾ ਜੰਮ ਪਿਆ ਹੋਵੇਗਾ, ਕਹਿੰਦਾ ਮਹਾਰਾਜ ਹੁੰਦੇ ਇਹੋ ਜਿਹੇ ਭੂਤ ਪ੍ਰੇਤ ਜਿਨ੍ਹਾਂ ਬਾਰੇ ਲੋਕ ਆਖਦੇ? ਸਤਿਗੁਰੂ ਪਾਤਸ਼ਾਹ ਨੇ ਜਦੋਂ ਬਚਨ ਸੁਣਿਆ ਨਾ, ਮਹਾਰਾਜ ਨੇ ਮੁੱਖੋਂ ਫਿਰ ਇਹ ਬਚਨ ਆਖਿਆ, ਕਹਿਣ ਲੱਗੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ। ਜਦੋਂ ਇਹ ਬਚਨ ਕੀਤਾ, ਕਹਿਣ ਲੱਗੇ ਪ੍ਰੇਤਾਂ ਦੀਆਂ ਡਾਰਾਂ ਹੀ ਡਾਰਾਂ, ਮੰਨ ਲਓ ਰਾਹ ਹੀ ਭਰੇ ਜਾਂਦੇ, ਭਰੇ ਭਰੇ ਰਾਹ ਤੁਰੇ ਜਾਂਦੇ। ਸਤਿਗੁਰਾਂ ਨੂੰ ਦਿਖਾ ਦਿੱਤੇ, ਕਹਿਣ ਲੱਗੇ ਆਹ ਵੇਖੋ ਭਾਈ, ਬੰਦਿਆਂ ਨਾਲੋਂ ਜ਼ਿਆਦਾ ਗਿਣਤੀ ਤਾਂ ਇਹਨਾਂ ਦੀ ਹੈ, ਬੰਦਿਆਂ ਨਾਲੋਂ ਵੱਧ ਗਿਣਤੀ ਵਿੱਚ। ਫਿਰ ਪੁੱਛਿਆ ਉਸ ਵੇਲੇ ਇੰਨੀ ਗਿਣਤੀ ਕਿਉਂ ਹੈ? ਉਹਨਾਂ ਨੇ ਦੱਸਿਆ ਮਹਾਰਾਜ ਫਿਰ ਕਰਮ ਕੀਤੇ ਨਾ, ਹੁਣ ਉਹ ਕਰਮਾਂ ਦਾ ਫਲ ਤਾਂ ਸਾਨੂੰ ਭੋਗਣਾ ਪੈਣਾ, ਤਾਂ ਅਸੀਂ ਇਹ ਭੂਤ ਪ੍ਰੇਤ ਬਣੇ ਹਾਂ, ਪਰ ਹੁਣ ਸਾਡੀ ਗਿਣਤੀ ਘੱਟਦੀ ਜਾਂਦੀ ਹੈ। ਮਹਾਰਾਜ ਨੇ ਪੁੱਛਿਆ ਵੀ ਕਿਉਂ? ਕਹਿਣ ਲੱਗੇ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਣੀ ਉਚਾਰੀ ਹੈ, ਲਾਵਾਂ ਦੀ ਬਾਣੀ, ਜਿੱਥੇ ਬਾਣੀ ਇਹ ਪੜ੍ਹੀ ਜਾਂਦੀ ਸਿੱਖਾਂ ਦੇ ਘਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਅਸੀਂ ਉਸ ਜਗ੍ਹਾ 'ਤੇ ਠਹਿਰ ਨਹੀਂ ਪਾਉਂਦੇ, ਉਸ ਨੂੰ ਆਪਣੇ ਵਿੱਚ ਰਲਾ ਨਹੀਂ ਪਾਉਂਦੇ, ਇਸ ਕਰਕੇ ਸਾਡੀ ਗਿਣਤੀ ਘੱਟ ਗਈ ਹੈ। ਗੁਰਮੁਖੋ, ਇਹ ਬਚਨ ਨੇ ਦਸਵੇਂ ਪਾਤਸ਼ਾਹ ਦੇ ਜੀਵਨ ਦੇ ਵੀ ਇਹ ਚੀਜ਼ਾਂ ਹੁੰਦੀਆਂ ਮਹਾਰਾਜ ਨੇ ਦਿਖਾ ਦਿੱਤੀਆਂ। ਜਾਂ ਆਪਾਂ ਜਦੋਂ ਗੁਰੂ ਅਰਜਨ ਦੇਵ ਦਾ ਇਤਿਹਾਸ ਪੜ੍ਹਦੇ ਹਾਂ ਨਾ, ਅਤੇ ਉਸ ਵੇਲੇ ਮਹਾਰਾਜ ਦਾ ਸਿੱਖ ਸੀ ਭਾਈ ਭਗਤੂ ਜੀ, ਅਤੇ ਕਹਿਣ ਲੱਗੇ ਇਹਨੂੰ ਮਹਾਰਾਜ ਨੇ ਜਥੇਦਾਰੀ ਦਿੱਤੀ ਸੀ ਭੂਤਾਂ ਦੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਭਗਤੂ, ਜਿੰਨੇ ਦੁਨੀਆਂ ਦੇ ਭੂਤ ਪ੍ਰੇਤ ਨੇ, ਵੱਡੇ ਵੱਡੇ ਦਿਓ ਦਾਨੋ ਜਿੰਨੇ ਵੀ ਨੇ, ਉਹ ਸਾਰੇ ਤੇਰੇ ਹੁਕਮ ਦੇ ਵਿੱਚ ਰਹਿਣਗੇ, ਜੋ ਤੂੰ ਕਹੇਗਾ ਨਾ ਉਸੇ ਤਰ੍ਹਾਂ ਹੀ ਕਰਨਗੇ, ਤੈਨੂੰ ਭੂਤਾਂ ਦਾ ਜਥੇਦਾਰ ਥਾਪਿਆ। ਉਸ ਵੇਲੇ ਭਾਈ ਬੰਨੋ, ਭਾਈ ਭਗਤੂ ਜੀਆਂ ਨੇ ਸੇਵਾ ਲਾਈ ਖੂਹ ਬਣਾਉਣ ਦੀ, ਅਤੇ ਕਹਿਣ ਲੱਗੇ ਸਾਰੇ ਭੂਤਾਂ ਨੂੰ ਹੁਕਮ ਦਿੱਤਾ ਵੀ ਸਾਰੇ ਇੱਟਾਂ ਚੁੱਕ ਕੇ ਲਿਆਓ, ਸਾਰੇ ਲੈ ਕੇ ਆਓ, ਮਸਾਲਾ ਜੋ ਚਾਹੀਦਾ ਇੱਥੇ ਕੰਮ ਕਰਨਾ। ਉਹ ਭੂਤ ਜਿਹੜੇ ਸਨ ਅੱਗੇ ਪਿੱਛੇ ਦੌੜੇ ਫਿਰਦੇ ਸੇਵਾ ਦੇ ਵਿੱਚ। ਇਹ ਸਾਖੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਜੀਵਨ ਕਾਲ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ। ਇੱਥੇ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਉਹ ਤੂੰ ਕੀ ਇਹੋ ਜਿਹਾ ਕੰਮ ਕੀਤਾ ਜੋ ਤੈਨੂੰ ਪਰਮਾਤਮਾ ਨੇ ਪ੍ਰੇਤ ਬਣਾਇਆ, ਉਹਦੇ ਬਾਰੇ ਦੱਸ। ਇਹ ਗੁਰੂ ਅਰਜਨ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਇਸ ਦੇ ਕੋਲੋਂ ਪੁੱਛਦੇ ਹਨ, ਜਿਸ ਤੇ ਪ੍ਰੇਤ ਜੂਨ ਤਨ ਪਾਵਨ, ਇਹ ਤੈਨੂੰ ਪ੍ਰੇਤ ਦੀ ਜੂਨੀ ਕਿਉਂ ਮਿਲੀ ਹੈ? ਕਿਉਂਕਿ ਆਪਾਂ ਇਹ ਬਚਨ ਸਰਵਣ ਕਰ ਲਿਆ ਵੀ ਰੱਬ ਕਿਸੇ ਨਾਲ ਧੱਕਾ ਨਹੀਂ ਕਰਦਾ, ਅਸੀਂ ਰੱਬ ਨਾਲ ਧੱਕਾ ਕਰਦੇ ਹਾਂ। ਜੇ ਸਾਨੂੰ ਚੀਜ਼ ਨਹੀਂ ਵੀ ਨਾ ਮਿਲਦੀ ਪਈ, ਅਸੀਂ ਵਾਰ ਵਾਰ ਜਿੱਦ ਕਰੀ ਜਾਂਦੇ, ਰੋਜ਼ ਹੀ ਅਰਦਾਸ ਕਰੀ ਜਾਂਦੇ, ਰੋਜ਼ ਹੀ ਮੰਗੀ ਜਾਂਦੇ ਵੀ ਆਹ ਚਾਹੀਦਾ ਹੀ ਚਾਹੀਦਾ। ਸਤਿਗੁਰੂ ਐਡਾ ਸਮਰੱਥ ਹੈ, ਮਹਾਰਾਜ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ। ਸਤਿਗੁਰੂ ਤਾਂ ਸਾਨੂੰ ਉਹ ਚੀਜ਼ ਦਿੰਦੇ ਜਿਹਦੇ ਨਾਲ ਸਾਡਾ ਭਲਾ ਹੋਣਾ। ਮਹਾਰਾਜ ਨੂੰ ਪਤਾ ਨਾ ਵੀ ਆਉਣ ਵਾਲੇ ਸਮੇਂ ਵਿੱਚ ਇਹ ਚੀਜ਼ ਦੁੱਖਦਾਈ ਹੈ ਕਿ ਸੁਖਦਾਈ ਹੈ, ਪਰ ਅਸੀਂ ਜਾਣਦੇ ਨਹੀਂ, ਅਸੀਂ ਵਾਰ ਵਾਰ ਇਹ ਗੱਲ ਕਰਦੇ ਰਹਿੰਦੇ ਵੀ ਸਾਨੂੰ ਆਹ ਚੀਜ਼ ਮਿਲੇ। ਪੈਂਦੇ ਖਾਂ ਦੇ ਘਰ ਵਿੱਚ ਲੜਕੀ ਪੈਦਾ ਹੋਈ ਨਾ, ਅਤੇ ਸਤਿਗੁਰਾਂ ਨੂੰ ਸੁਨੇਹਾ ਮਿਲਿਆ ਵੀ ਪੈਂਦੇ ਖਾਂ ਦੇ ਘਰ ਵਿੱਚ ਧੀ ਪੈਦਾ ਹੋਈ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ। ਮਹਾਰਾਜ ਹੱਸ ਪਏ, ਸਿੱਖਾਂ ਨੇ ਪੁੱਛਿਆ ਮਹਾਰਾਜ ਹੱਸੇ ਕਿਉਂ? ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਲੜਕੀ ਨੇ ਇਹਦਾ ਕਾਲ ਬਣ ਜਾਣਾ, ਇਹਦੀ ਮੌਤ ਬਣ ਜਾਣਾ। ਭਾਵ ਇਹ ਹੈ ਸਤਿਗੁਰੂ ਆਉਣ ਵਾਲੇ ਸਮੇਂ ਨੂੰ ਪਹਿਲਾਂ ਹੀ ਜਾਣਦੇ ਵੀ ਇਹ ਬੰਨਾ ਕੀ ਹੈ ਅੱਗੇ ਜਾ ਕੇ, ਅਤੇ ਸਤਿਗੁਰੂ ਸਾਨੂੰ ਉਹ ਵਸਤੂ ਦਿੰਦੇ ਜਿਹਦੇ ਨਾਲ ਸਾਡਾ ਭਲਾ ਹੁੰਦਾ, ਜਿਹਦੇ ਨਾਲ ਭਲਾ ਨਹੀਂ ਨਾ ਹੁੰਦਾ ਉਹ ਸਾਨੂੰ ਦਿੰਦੇ ਨਹੀਂ। ਪਰ ਕਈ ਵਾਰੀ ਅਸੀਂ ਖਿਹੜੇ ਹੀ ਪੈ ਜਾਂਦੇ ਵੀ ਨਹੀਂ ਨਹੀਂ ਆਹ ਤਾਂ ਅਸੀਂ ਲੈ ਕੇ ਹੀ ਰਵਾਂਗੇ, ਅਤੇ ਵਾਰ ਵਾਰ ਅਸੀਂ ਕਹਿੰਦੇ ਨਹੀਂ ਇੰਨਾ ਨਹੀਂ ਕਹਿਣਾ ਚਾਹੀਦਾ। ਉਹ ਤਾਂ ਬਿਨ ਬੋਲਿਆਂ ਸਭ ਕੇ ਜਾਣਦਾ ਜੋ ਸਾਡੇ ਭਲੇ ਦੀ ਗੱਲ ਹੈ ਨਾ, ਉਹਨੇ ਬਿਨਾਂ ਹੀ ਸਾਨੂੰ ਕਹਿਣ ਤੋਂ ਦੇ ਦੇਣੀ ਹੈ, ਗੁਰੂ ਮਾਂ ਬਾਪ ਹੋਇਆ ਕਰਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਤੂੰ ਇਹ ਦੱਸ, ਤੈਨੂੰ ਇਹ ਪ੍ਰੇਤ ਦੀ ਜੂਨੀ ਕਿਉਂ ਮਿਲੀ ਹੈ, ਕੀ ਗੱਲ ਹੋਈ ਹੈ? ਜਦੋਂ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਫਿਰ ਪ੍ਰੇਤ ਦੱਸਣ ਲੱਗਾ ਹੈ। ਸੁਣ ਕਰ ਹਾਥ ਬੰਦ ਤਬ ਕਰੇ, ਹੱਥ ਜੋੜ ਕੇ ਉਸ ਵੇਲੇ ਇਹਨੇ ਫਿਰ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਵੀ ਗਲਤੀ ਪਰਮਾਤਮਾ ਦੀ ਕੋਈ ਨਹੀਂ ਹੈ, ਗਲਤੀ ਮੇਰੀ ਆਪਣੀ ਹੈ। ਕੀ ਗਲਤੀ ਹੈ? ਮੈਂ ਦੱਸਦਾ
ਹੱਥ ਜੋੜ ਕੇ ਦੱਸਣ ਲੱਗਾ ਹੈ ਇਸ ਕੁਕਰਮ ਤੇ ਅਸਤਨ ਲਹੇ। ਮਹਾਰਾਜ ਮੈਂ ਕੁਕਰਮ ਕੀਤਾ, ਕੁਕਰਮ ਹੁੰਦਾ ਮਾੜਾ ਕੰਮ ਕਰਨਾ। ਮੈਂ ਇੱਕ ਮਾੜਾ ਕਰਮ ਕੀਤਾ ਜ਼ਿੰਦਗੀ ਵਿੱਚ। ਆਪਾਂ ਪਤਾ ਨਹੀਂ ਕਿੰਨੇ ਕੁ ਕਰਦੇ ਰਹਿੰਦੇ, ਆਪਾਂ ਪਰਵਾਹ ਨਹੀਂ ਕਰਦੇ, ਕੋਈ ਨਹੀਂ ਵੇਖ ਲਾਂਗੇ ਜੋ ਹੋਵੇਗਾ। ਵੇਖਣਾ ਕੀ ਹੈ, ਉਹ ਤਾਂ ਅਗਲਿਆਂ ਨੇ ਆਪੇ ਵਿਖਾ ਦੇਣਾ ਜਦੋਂ ਉਹਨਾਂ ਦੇ ਵੱਸ ਪਵੇਗਾ, ਪਰ ਉਦੋਂ ਤੇਰਾ ਜ਼ੋਰ ਕੋਈ ਨਹੀਂ ਨਾ ਹੋਣਾ। ਹੁਣ ਤੂੰ ਕਹਿੰਦਾ ਆਪਣੇ ਤਨ ਦੇ ਜ਼ੋਰ ਕਰਕੇ, ਭਰਾਵਾਂ ਦੇ ਜ਼ੋਰ ਕਰਕੇ, ਪੈਸੇ ਦੇ ਜ਼ੋਰ ਕਰਕੇ ਮੈਂ ਵੇਖ ਲਵਾਂਗਾ, ਪਰ ਜਦੋਂ ਜਮਾਂ ਦੇ ਵੱਸ ਪੈਣਾ, ਨਾ ਉੱਥੇ ਭਰਾ ਹੋਣਾ, ਨਾ ਮਾਇਆ ਹੋਣੀ, ਉੱਥੇ ਕੁਝ ਨਹੀਂ ਹੋਣਾ। ਉੱਥੇ ਤਾਂ ਉਹਨਾਂ ਕੋਲ ਇੱਕ ਡੰਡਾ ਹੀ ਹੋਣਾ ਜਿਹੜਾ ਫੇਰਨਾ ਚੰਗੀ ਤਰ੍ਹਾਂ ਬਣਾ ਕੇ। ਸੋ ਉਦੋਂ ਬੰਦਾ ਜਦੋਂ ਕਰਮ ਕਰਦਾ, ਉਦੋਂ ਨਹੀਂ ਸੋਚਦਾ ਵੀ ਮੇਰੇ ਨਾਲ ਕੀ ਬਣੇਗਾ। ਇਹ ਕਹਿੰਦਾ ਵੀ ਮਹਾਰਾਜ ਮੈਂ ਇੱਕ ਪਾਪ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ, ਉਹ ਪਾਪ ਦੀ ਮੈਨੂੰ ਸਜ਼ਾ ਮਿਲੀ ਹੈ। ਪਰ ਉਹ ਸ਼ਰੀਕਨ ਮੈਂ ਵੱਡ ਝਗੜਾ, ਸਾਡੇ ਸ਼ਰੀਕਾਂ ਦੇ ਵਿੱਚ, ਭਰਾਵਾਂ ਦੇ ਨਾਲ, ਸਾਡੇ ਭਰਾਵਾਂ ਵਿੱਚ ਪੈ ਗਿਆ ਝਗੜਾ, ਲੜਾਈ ਪੈ ਗਈ, ਸਾਰੇ ਭਰਾ ਇਕੱਠੇ ਹੋ ਗਏ। ਇਕੱਠੇ ਹੋਣ ਕਰਕੇ ਪਰੇ ਪੰਚਾਇਤ ਬੁਲਾ ਲਈ, ਰਿਸ਼ਤੇਦਾਰ ਬੁਲਾ ਲੈ, ਭਰਾਵਾਂ ਵਿੱਚ ਪੈ ਗਿਆ ਝਗੜਾ। ਅਤੇ ਮੈਂ ਹਾਂ ਵੱਡਾ, ਮੇਰੇ ਕੋਲ ਮਾਇਆ ਵੀ ਜ਼ਿਆਦੀ ਹੈ, ਮੇਰੀ ਪਹੁੰਚ ਵੀ ਜ਼ਿਆਦੀ ਹੈ। ਮੈਂ ਮਨ ਵਿੱਚ ਆਖਿਆ ਕੋਈ ਗੱਲ ਨਹੀਂ, ਭਰਾ ਜੋ ਮਰਜ਼ੀ ਕਰਦੇ ਨੇ, ਮੇਰਾ ਕੀ ਵਿਗਾੜ ਸਕਦੇ। ਕਹਿਣ ਲੱਗਾ ਵੀ ਜਦੋਂ ਸਾਡਾ ਭਰਾਵਾਂ ਦਾ ਆਪਸ ਵਿੱਚ ਝਗੜਾ ਪੈ ਗਿਆ ਹੈ, ਵਿਰਸਾ ਮੋਰ ਹਟਾਵਤ ਸਗਰਾ, ਅਤੇ ਉਸ ਵੇਲੇ ਕਹਿਣ ਲੱਗੇ ਵਿਰਸਾ ਤੋਂ ਭਾਵ ਕਿ ਦਾਵਾ, ਸਾਰੇ ਭਰਾ ਇੱਕ ਪਾਸੇ ਮੇਰਾ ਦਾਵਾ ਹਟਾਉਂਦੇ ਸਨ ਵੀ ਨਹੀਂ, ਇਹਦਾ ਇੱਥੇ ਕੋਈ ਦਾਵਾ ਨਹੀਂ ਹੈ, ਮੈਂ ਇਕੱਲਾ ਹੀ ਆਖਦਾ ਵੀ ਮੈਂ ਇਕੱਲਾ ਹੀ ਤੁਹਾਨੂੰ ਸਾਰਿਆਂ ਨੂੰ ਅੱਗੇ ਲਾਵਾਂਗਾ। ਉਹ ਸਾਰੇ ਇਹ ਗੱਲ ਕਹਿੰਦੇ ਵੀ ਇਹ ਇਸ ਕੰਮ ਵਿੱਚੋਂ ਬਾਹਰ ਹੈ, ਮੈਂ ਇਕੱਲਾ ਆਖਦਾ ਵੀ ਇਹ ਸਾਰੇ ਬਾਹਰ, ਮੈਂ ਇਕੱਲਾ ਇੱਥੇ ਹਾਂ। ਉਹ ਮੇਰਾ ਦਾਵਾ ਹਟਾਉਂਦੇ ਸਨ, ਮੇਰੀ ਗੱਲ ਮੰਨਦੇ ਨਹੀਂ ਹਨ। ਤਬ ਮੈਂ ਕਰਕੇ ਕੂਰੋ ਧਰਮ, ਉਸ ਵੇਲੇ ਮੈਂ ਸੋਚਿਆ ਵੀ ਜੇ ਝਗੜਾ ਮੈਂ ਹਾਰ ਗਿਆ ਤਾਂ ਘਾਟਾ ਪੈ ਜਾਣਾ, ਅਤੇ ਮੈਂ ਕੀ ਕਰਾਂ। ਮੈਂ ਧਰਮ ਨੂੰ ਝੂਠਾ ਕਰ ਦਿੱਤਾ, ਜਿਹੜੀ ਅਸੀਂ ਧਰਮ ਦੀ ਸਹੁੰ ਖਾਂਦੇ ਹਾਂ ਨਾ, ਕਈਆਂ ਬੰਦਿਆਂ ਦੇ ਜ਼ੁਬਾਨ 'ਤੇ ਸ਼ਬਦ ਚੜਿਆ ਹੁੰਦਾ, ਧਰਮ ਨਾਲ ਮੈਂ ਆਹ ਕੀਤਾ, ਧਰਮ ਨਾਲ ਮੈਂ ਉਹ ਕੀਤਾ, ਐਵੇਂ ਧਰਮ ਨੂੰ ਵਿੱਚ ਲਿਆ ਲਿਆ ਕੇ ਝੂਠੀਆਂ ਸਹੁਆਂ, ਮਿੰਟ ਮਿੰਟ 'ਤੇ ਬਿਨਾਂ ਹੀ ਗੱਲ ਤੋਂ ਮੈਨੂੰ ਤੇਰੀ ਸਹੁੰ ਲੱਗੇ। ਤੇਰੀ ਸਹੁੰ ਕਿਉਂ ਲੱਗੇ, ਤੂੰ ਆਪਦੀ ਖਾ, ਆਪਦੀ ਝੂਠੀ ਸਹੁੰ ਖਾ ਕੇ ਤਾਂ ਮਰ ਜਾ, ਦੂਜੇ ਦੀ ਕਿਉਂ ਖਾਂਦਾ ਪਿਆ। ਕਈਆਂ ਲੋਕਾਂ ਦਾ ਸੁਭਾਅ ਬਣ ਜਾਂਦਾ ਹੈ ਐਵੇਂ ਝੂਠੀਆਂ ਸਹੁਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਈ ਜਾਣੀਆਂ, ਪਰ ਪਤਾ ਨਹੀਂ ਨਾ ਇਹਨਾਂ ਦਾ ਫਲ ਵੀ ਤਾਂ ਮਿਲਣਾ। ਕਹਿਣ ਲੱਗਾ ਵੀ ਜਦੋਂ ਮੇਰੇ ਹੱਥੋਂ ਫੈਸਲਾ ਜਾਂਦਾ ਦਿਸਿਆ, ਭਰਾਵਾਂ ਦਾ ਜ਼ੋਰ ਪੈ ਗਿਆ, ਮੈਂ ਸੋਚਿਆ ਧਰਮ ਨਾਲ ਤਾਂ ਬਾਅਦ ਵਿੱਚ ਵੇਖ ਲਾਂਗੇ, ਜਾ ਕੇ ਕਿਸੇ ਪੰਡਿਤ ਦੇ ਥਾਲ ਅੱਗੇ ਥਾਲੀ ਰੱਖਾਂਗੇ ਫਲਾਂ ਦੀ, ਉਹਨੇ ਝਾਟੀ ਮੰਤਰ ਪੜ੍ਹ ਕੇ ਬਖਸ਼ਾ ਦੇਣਾ, ਕਿਸੇ ਕਾਜੀ ਕੋਲ ਜਾਵਾਂਗੇ, ਉਹ ਝਾਟ ਅੱਲਾਹੂ ਕਰੇਗਾ ਅਤੇ ਬਖਸ਼ਾ ਦੇਵੇਗਾ। ਧਰਮ ਤਾਂ ਫਿਰ ਵੀ ਅਪਣਾਇਆ ਜਾ ਸਕਦਾ, ਪਰ ਕੰਮ ਜੇ ਹੱਥੋਂ ਚਲਾ ਗਿਆ ਤਾਂ ਇਹ ਨਹੀਂ ਵਾਪਸ ਆਉਣਾ। ਮੈਂ ਸੋਚਿਆ ਛੱਡੋ ਪਰਾਂ, ਧਰਮ ਨੇ ਕੀ ਦੇਣਾ ਹੈ, ਧਰਮ ਨੂੰ ਬਾਅਦ ਵਿੱਚ ਵੇਖਾਂਗੇ। ਧਰਮ ਨੂੰ ਕਰਕੇ ਪਿੱਠ, ਅਤੇ ਉਸ ਵੇਲੇ ਫਿਰ ਮੈਂ ਝੂਠਾ ਨਾ ਹੋਵਾਂ, ਸੱਚਾ ਹੋ ਜਾਵਾਂ। ਮੈਂ ਧਰਮ ਦਾ ਆਸਰਾ ਲੈ ਕੇ ਉਸ ਵੇਲੇ ਝੂਠੀਆਂ ਸਹੁਆਂ ਖਾਧੀਆਂ। ਸੋ ਮਹਾਰਾਜ ਕਹਿਣ ਲੱਗੇ ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਨ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਗੁਰਬਾਣੀ ਦਾ ਫਰਮਾਨ ਇਹ ਹੈ, ਬੰਦਾ ਪੈਸੇ ਵਾਸਤੇ, ਪਦਾਰਥ ਵਾਸਤੇ, ਮਾਇਆ ਵਾਸਤੇ, ਘਰ ਬਾਰ ਵਾਸਤੇ ਧਰਮ ਨੂੰ ਪਿੱਠ ਦਿੰਦਾ, ਧਰਮ ਤੋਂ ਕੀ ਲੈਣਾ ਹੈ। ਪਰ ਬੰਦਾ ਇਹ ਗੱਲ ਭੁੱਲ ਗਿਆ, ਜਦੋਂ ਦੁਨੀਆ ਤੋਂ ਜਾਣਾ ਉਦੋਂ ਇਕੱਲੇ ਧਰਮ ਨੇ ਤੇਰੇ ਨਾਲ ਨਿਭਣਾ, ਅਤੇ ਜਿਨ੍ਹਾਂ ਵਾਸਤੇ ਧਰਮ ਛੱਡਿਆ ਉਹ ਇੱਥੇ ਹੀ ਰਹਿ ਜਾਣਾ, ਕੋਈ ਮਰੇ ਨਾ ਮੋਇਆ ਨਾਲੇ। ਕਦੇ ਵੇਖਿਆ ਕੋਈ ਨਾਲ ਮਰਦਾ? ਕੋਈ ਨਹੀਂ ਮਰਦਾ। ਜਦੋਂ ਮੁਰਦੇ ਨੂੰ ਅੱਗ ਲੱਗਦੀ ਹੈ ਨਾ, ਅਤੇ ਉਦੋਂ ਜਿਹੜੇ ਨੇੜੇ ਨੇੜੇ ਖਲੋਤੇ ਹੁੰਦੇ ਉਹ ਉਸ ਵੇਲੇ ਭੱਜ ਕੇ ਪਿੱਛੇ ਨੂੰ ਹੋ ਜਾਂਦੇ ਵੀ ਸੇਕ ਨਾ ਸਾਨੂੰ ਕਿਤੇ ਲੱਗ ਜਾਵੇ। ਪਹਿਲਾਂ ਉਹ ਬੜਾ ਜੱਫੀ ਪਾਉਂਦੇ ਸਨ, ਉੱਤੇ ਚੜ੍ਹ ਚੜ੍ਹ ਕੇ ਰੋਂਦੇ ਸਨ, ਹਾਏ ਤੂੰ ਮਰ ਗਿਆ, ਸਾਨੂੰ ਕਿਉਂ ਨਹੀਂ ਨਾਲ ਲੈ ਕੇ ਗਿਆ, ਅਤੇ ਨਾਲ ਲਿਜਾਣ ਨੂੰ ਕਿਹੜਾ ਉਹਨੇ ਟਿਕਟ ਕਰਵਾਉਣੀ ਸੀ, ਤੂੰ ਵੀ ਗੱਲ ਵਿੱਚ ਫਾਹ ਲੈ ਅਤੇ ਤੁਰ ਜਾ ਨਾਲ। ਪਰ ਇਹ ਗੱਲਾਂ ਹੀ ਨੇ ਕੇਵਲ, ਅਸਲ ਵਿੱਚ ਕੋਈ ਨਹੀਂ ਕਿਸੇ ਦੇ ਨਾਲ ਜਾਂਦਾ। ਇਹ ਕਹਿਣ ਲੱਗਾ ਮਹਾਰਾਜ ਭਰਾਵਾਂ ਨੇ ਮੈਨੂੰ ਕਰਤਾ ਝੂਠਾ ਪੰਚਾਇਤ ਵਿੱਚ। ਮੈਂ ਸੋਚਿਆ ਵੀ ਜੇ ਝੂਠਾ ਪੈ ਗਿਆ ਕਿਤੇ ਬੇਇੱਜ਼ਤੀ ਹੋਵੇਗੀ, ਇੱਕ ਹੱਥੋਂ ਚੀਜ਼ ਆਉਂਦੀ ਚਲੇ ਜਾਏਗੀ, ਧਰਮ ਦਾ ਕੀ ਕਰਨਾ। ਧਰਮ ਦੀ ਖਾਈਏ ਸਹੁੰ, ਨਾਲੇ ਸੱਚੇ ਹੋਵਾਂਗੇ, ਨਾਲੇ ਪਦਾਰਥ ਮਿਲੇਗਾ, ਬਾਅਦ ਵਿੱਚ ਧਰਮ ਨਾਲ ਵੀ ਵੇਖਾਂਗੇ ਵੀ ਕੀ ਬਣਦਾ। ਇਹ ਹੁਣ ਆਪਣੀ ਸਟੋਰੀ, ਆਪਣੀ ਸਾਖੀ ਕਿਵੇਂ ਦੱਸਦਾ ਹੈ ਵੀ ਮੈਂ ਕੀ ਕਰਤੂਤਾਂ ਕੀਤੀਆਂ ਤਾਂ ਮੈਂ ਪ੍ਰੇਤ ਬਣਿਆ, ਔਰ ਮਹਾਰਾਜ ਇਹਦੀ ਮੁਕਤੀ ਕਿਵੇਂ ਕਰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਦੀ ਧਰਤੀ 'ਤੇ। ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ, ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ਼ ਕਰਨੀਆਂ। ਲੇਖੈ ਕਤਹਿ ਨ ਛੁਟੀਐ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।
ਗਿਆਨ ਧਿਆਨ ਕਿਛ ਕਰਮ ਨਾ ਜਾਣਾ।